ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਬਲ ਤੇਜ ਪੰਨੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਰਾਜਦੇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਉਸ ਸ਼ਖਸੀਅਤ ਦੇ ਨਾਲ ਜਿਹਦੇ ਬਾਰੇ ਇੱਕ ਸ਼ੇਅਰ ਬਹੁਤ ਕਮਾਲ ਦਾ ਹੈ ਕਿ ਬੇਹਿੰਮਤੇ ਨਹੀਂ ਹੁੰਦੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਪੱਥਰਾਂ ਦੇ ਵਿੱਚੋਂ ਉੱਗਣ ਵਾਲੇ ਲੋਕ ਜਿਹੜੇ ਕਦੇ ਹਾਰਦੇ ਨਹੀਂ ਬਲਕਿ ਇंसाफ ਦੇ ਵਾਸਤੇ ਲੜਦੇ ਰਹਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਚਰਚਾ ਜੜਾ ਦੀ ਚੱਲ ਰਿਹਾ ਹੈ ਜੋ ਛੇੜਛਾੜ ਇਤਿਹਾਸ ਦੇ ਨਾਲ ਹੋਈ ਹੈ ਇਹ ਕੁਸਪੈਟ ਕੋਈ ਮਹੀਨਾ 2 ਮਹੀਨੇ ਸਾਲ ਡੇਢ ਸਾਲ ਪਹਿਲਾਂ ਨਹੀਂ ਹੋਈ ਬਲਕਿ ਡੇਢ ਦਹਾਕਾ तकरीबन ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਇਹਦੇ ਵਿੱਚ ਜਿਹੜੀ ਕੁਸਪੈਟ ਹੋਣੀ ਸ਼ੁਰੂ ਹੋਈ ਔਰ ਅੱਜ ਮੌਜੂਦਾ ਹਾਲਾਤ ਦੇ ਵਿੱਚ ਇੱਥੇ ਲਿਆ ਕੇ ਜਿਹੜਾ ਜੀ ਇਹ ਸਾਰਾ ਕੁਝ ਖੜਾ ਹੋ ਗਿਆ ਕਿ ਆਉਂਦੀਆਂ ਪੀੜ੍ਹੀਆਂ ਜਦੋਂ ਇਸ ਇਤਿਹਾਸ ਨੂੰ ਵੇਖਿਆ ਕਰਨਗੀਆਂ ਤਾਂ ਉਹ ਸਵਾਲੀਆ ਚਿੰਨ੍ਹ ਖੜੇ ਕਰਨਗੀਆਂ ਸਾਡੇ ਗੁਰੂ ਸਹਿਬਾਨ ਦੇ ਉੱਤੇ ਸ਼ਹੀਦਾਂ ਦੇ ਉੱਤੇ ਜਿਹੜੇ ਉਹ ਸਵਾਲੀਆ ਚਿੰਨ੍ਹ ਹੋਣਗੇ ਧਰਮ ਦੇ ਉੱਤੇ ਸਵਾਲੀਆ ਚਿੰਨ੍ਹ ਹੋਣਗੇ ਆਹ ਕਿਤਾਬਾਂ ਵਿੱਚ ਤਾਂ ਆ ਲਿਖਿਆ ਤੁਸੀਂ ਕੀ ਦੱਸ ਰਹੇ ਹੋ ਇਹ ਸਵਾਲ ਅੱਜ ਹੋ ਸਕਦਾ ਹੈ ਕਿ ਕਿਸੇ ਨੂੰ ਲੱਗਣ ਕੇ ਬਹੁਤ ਛੋਟੇ ਨੇ ਆਈ ਗਈ ਗੱਲ ਹੋ ਜੇ ਪਰ ਆਉਣ ਵਾਲੇ ਇਤਿਹਾਸ ਦੇ ਵਿੱਚ ਜੇਕਰ ਅੱਜ ਇਹਦੇ ਬਾਰੇ ਦੇ ਵਿੱਚ ਗੱਲ ਨਾ ਕੀਤੀ ਗਈ ਤਾਂ ਆਉਣ ਵਾਲਾ ਇਤਿਹਾਸ ਲਾਨ ਤਾਂ ਸਾਨੂੰ ਵੀ ਇਸ ਗੱਲੋਂ ਪਾਏਗਾ ਕਿ ਤੁਸੀਂ ਉਦੋਂ ਕਿਉਂ ਨਾ ਬੋਲੇ ਜਦੋਂ ਇਹਦੇ ਵਿੱਚ ਕੁਸਪੈਟ ਹੋਈ ਸੀ ਇਸ ਕੁਸਪੈਟ ਦੇ ਉੱਤੇ ਚੰਦ ਲੋਕ ਨੇ ਜਿਹੜੇ ਬੋਲਦੇ ਰਹੇ ਨੇ ਪਿਛਲੇ ਸਾਲਾਂ ਤੋਂ ਅੱਜ ਵੀ ਉਹ ਉਸੇ ਹੀ ਗੜਕਵੀਂ ਆਵਾਜ਼ ਦੇ ਵਿੱਚ ਬੋਲ ਰਹੇ ਨੇ ਬਕਰੀ ਗੱਲ ਹੈ ਕਿ ਉਹਨਾਂ ਦੀ ਆਵਾਜ਼ ਬਹੁਤ ਉੱਚੀ ਨਹੀਂ ਹੈ ਪਰ ਇਹ ਵੀ ਨਹੀਂ ਹੈ ਕਿ ਆਵਾਜ਼ ਉਹ ਸੁਣੀ ਨਹੀਂ ਗਈ ਉਹਨਾਂ ਨੇ ਘੇਰ ਕੇ ਲਿਆਂਦਾ ਜ਼ਰੂਰ ਥਾਂ ਥਾਂ ਦੇ ਉੱਤੇ ਔਰ ਇਹਨਾਂ ਦੇ ਵਿੱਚੋਂ ਹੀ ਇੱਕ ਸ਼ਖਸੀਅਤ ਸਾਡੇ ਨਾਲ ਅੱਜ ਮੌਜੂਦ ਨੇ ਦਲ ਖਾਲਸਾ ਦੇ ਨਾਲ ਉਹ ਰਿਲੇਟਡ ਨੇ ਪਰ ਕਾਨੂੰਨੀ ਰੂਪ ਦੇ ਵਿੱਚ ਪੀਆਈਐਲ ਪਾ ਕੇ ਆਰਟੀਆਈ ਲੈ ਕੇ ਜੋ ਕੁਝ ਉਹ ਸਾਰਾ ਕੁਝ ਇਕੱਠਾ ਕਰੀ ਬੈਠੇ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਕਾਗਜ਼ੀ ਰੂਪ ਦੇ ਵਿੱਚ ਇੱਕ ਬੰਬ ਹੈ ਜਿਹੜਾ ਜਿਹੜਾ ਕਿ ਅੱਜ ਅਸੀਂ ਤੁਹਾਡੇ ਨਾਲ ਜਿਹੜਾ ਡਿਸਕਸ ਕਰਾਂਗੇ ਕਿ ਅਸਲ ਮੁੱਦਾ ਕੀ ਹੈ ਅੱਜ ਕਿਤਾਬਾਂ ਦੇ ਉੱਤੇ ਰੌਲਾ ਪਾਉਣ ਵਾਲੇ ਧਰਨੇ ਲਾਉਣ ਵਾਲੇ ਜਿਹੜੇ ਇਹ ਕਹਿੰਦੇ ਕਿ ਪਰਚੇ ਦਰਜ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਜਿਹੜਾ ਸਿਲੇਬਸ ਐ ਉਹਦੇ ਵਿੱਚ ਛੇੜਛਾੜ ਕੀਤੀ ਆ ਪਰ ਧਰਮ ਦੇ ਮਾਮਲੇ ਦੇਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਗਈਆਂ ਕਿਤਾਬਾਂ ਦੇ ਵਿੱਚ ਛੇੜਛਾੜ ਕਿੰਨਾ ਨੇ ਕੀਤੀ ਔਰ ਕਿਹੋ ਜੀ ਛੇੜਛਾੜ ਸੀ ਉਸ ਮਾਮਲੇ ਦੇਤੇ ਉਹ ਚੁੱਪ ਧੜੀ ਬੈਠੇ ਨੇ ਬਲਦੇਵ ਸਿੰਘ ਸਰ ਸਾਜੀ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਜੀ ਆਨੋ ਜੀ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਮਿਹਰਬਾਨੀ ਤੁਸੀਂ ਆਏ ਇਹ ਤੋਂ ਪਹਿਲਾਂ ਕਿ ਆਪਾਂ ਇਹਦੇ ਉੱਤੇ ਗੱਲ ਕਰੀਏ ਜੋ ਜਿਹੜਾ ਜੀ ਰੱਖੀ ਬੈਠੇ ਉਹ ਚਾਹੇ ਗੁਰਬਲਾਸ ਪਾਤਸ਼ਾਹੀ ਜਿਹੜੀ ਸੀ 6ਵੀਂ ਉਹ ਹੈ ਸਿੱਖ ਇਤਿਹਾਸ ਹੈ ਉਹ ਹਿੰਦੀ ਦੇ ਵਿੱਚ ਛਪਿਆ ਆਰਐਸਐਸ ਨੇ ਕੁਝ ਕਿਤਾਬਾਂ ਜਿਹੜੀਆਂ ਜੀ ਉਹ ਛਪਵਾਈਆਂ ਅੱਜ ਕਮੇਟੀ ਜਿਹਦੇ ਉੱਤੇ ਕਿੰਤੂ ਪਰੰਤੂ ਹੋ ਰਿਹਾ ਹੈ ਕਿਰਪਾਲ ਸਿੰਘ ਹੋਰਾਂ ਨੂੰ ਇਹਨਾਂ ਨੇ ਜਿਹੜਾ ਜੀ ਬਿਲਕੁਲ ਇੱਕ ਕਿਸਮ ਦੇ ਨਾਲ ਛਾਂਗਤਾ ਕਿਉਂਕਿ ਜਿਹੜਾ ਇੰਟੈਲੈਕਚੁਅਲ ਬੰਦਾ ਉਹ ਤਾਂ ਚਾਹੀਦਾ ਹੀ ਨਹੀਂ ਉਹਨੂੰ ਛਾਗ ਦਿੱਤਾ ਜਾਂਦਾ ਛੇਕ ਦਿੱਤਾ ਜਾਂਦਾ ਡਰਾ ਲਿਆ ਜਾਂਦਾ ਧਮਕਾ ਲਿਆ ਜਾਂਦਾ ਖਰੀਦ ਲਿਆ ਜਾਂਦਾ ਕਈ ਕੁਝ ਜਿਹੜਾ ਜੀ ਉਹ ਹੁੰਦਾ ਪਰ ਬਲਦੇਵ ਸਿੰਘ ਸਰਸਾ ਇੱਕ ਇਸ ਤਰ੍ਹਾਂ ਦਾ ਨਾਮ ਹੈ ਜੀ ਨਾ ਡਰਾਇਆ ਜਾ ਸਕਿਆ ਨਾ ਧਮਕਾਇਆ ਜਾ ਸਕਿਆ ਨਾ ਖਰੀਦਿਆ ਜਾ ਸਕਿਆ ਤੁਸੀਂ ਆਪਣੇ ਤੌਰ ਦੇ ਉੱਤੇ 1 ਮੈਨ ਆਰਮੀ ਉਸ ਤਰੀਕੇ ਨਾਲ ਜਿਹੜਾ ਜੀ ਉਹ ਲੜ ਰਹੇ ਹੋ ਮੈਂ ਛੋਟਾ ਜਿਹਾ ਪਹਿਲਾਂ ਤੁਹਾਡੇ ਤੋਂ ਪੁੱਛੋਕਰ ਤੁਹਾਡਾ ਜਿਹੜਾ ਜੀ ਉਹ ਜਾਨਣਾ ਚਾਹੁੰਦਾ ਇਸ ਤੋਂ ਪਹਿਲਾਂ ਕਿ ਆਪਾਂ ਇਸ ਸਭ ਕਾਸੇ ਦੇ ਉੱਤੇ ਆਈਏ ਕਿਵੇਂ ਇਸ ਪਾਸੇ ਵੱਲ ਨੂੰ ਤੁਸੀਂ ਤੁਰ ਪਏ ਕਿ ਨਹੀਂ ਚਾਹੇ ਕੁਝ ਵੀ ਹੋ ਜੇ ਅਸਲ ਇਹ ਤਾਂ ਸਾਹਮਣੇ ਲੈ ਕੇ ਹਣੀ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਕਿੰਨਾ ਕ ਸਮਾਂ ਲੱਗ ਗਿਆ ਮਨੂ ਸਾਰ ਸਮਾਂ ਤੇ ਬਹੁਤ ਲੱਗਿਆ ਸੰਘਰਸ਼ ਬਹੁਤ ਲੰਮਾਈ ਦੀ ਲੜਾਈਆਂ ਬੜੀਆਂ ਵੱਡੀਆਂ ਤਾਕਤਾਂ ਨਾਲ ਸੀ ਲੇਕਿਨ ਗੁਰੂ ਨੇ ਕਿਰਪਾ ਕੀਤੀ ਕਿਉਂਕਿ ਮੈਂ ਜਦੋਂ ਵੀ ਅਸੀਂ ਪੁਲਿਸ ਰਿਮਾਰਡ ਵੀ ਕੱਟੇ ਬਹੁਤ ਕੁਝ ਕੱਟੇ ਜੇਲ੍ਹਾਂ ਕੱਟੀਆਂ ਤੇ ਆਮ ਲੋਕਾਂ ਚੱਲ ਰਿਹਾ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਕਿ ਮੋਰਚਾ ਤੇ ਅਕਾਲੀਆਂ ਨੇ ਅਸਲ ਮਿਹਨਤ ਚ ਲਾਇਆ ਸੀ 4 ਅਗਸਤ 1982 ਨੂੰ ਧਰਮਯੁੱਧ ਮੋਰਚਾ ਧਰਮਯੁੱਧ ਮੋਰਚਾ ਆਨੰਦਪੁਰ ਫਸਤਾਰ ਨੂੰ ਆਧਾਰ ਮੰਨ ਕੇ ਜਿਹੜਾ ਸੀ ਉਹ ਲਾਇਆ ਸੀ ਤੇ ਉਹਦੇ ਵਿੱਚ ਮੰਗਾਂ ਤੇ ਜਿਹੜੀਆਂ ਸੀ ਉਹ ਪੰਜਾਬ ਦੇ ਨਾਲ ਕੌਮ ਦੇ ਨਾਲ ਸੰਬੰਧਿਤ ਸਨ ਲੇਕਿਨ ਉਹ ਚੱਲਦਾ ਚੱਲਦਾ ਮੋਰਚਾ ਜਿਹੜਾ ਸੀ ਉਹ ਇਕੱਲੇ ਸੰਤ ਜਰਨੈਲ ਸਿੰਘ ਦਾ ਮੋਰਚਾ ਬਣ ਗਿਆ ਤੇ ਇਹ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਇਹ ਉਹਨਾਂ ਮੋਰਚਿਆਂ ਦੇ ਵਿੱਚੋਂ ਪਾਸੇ ਚਲੇ ਗਏ ਤੇ ਉਹਦੇ ਵਿੱਚ ਏਸ਼ੀਆਟ ਗੇਮਾਂ 'ਚ ਸਾਨੂੰ ਮੈਂ ਉਦੋਂ ਹਰਿਆਣੇ 'ਚ ਰਹਿੰਦਾ ਸੀ ਤੇ 사જન ਨਾਲ ਉਹਨੇ ਲਾਈਨ ਮਾਰੀ ਸੀ ਵੀ ਨੰਕੇ ਦਿਖਾਓ ਇੱਧਰ ਨੰਕੇ ਵਿਖਾਓ ਏਸ਼ੀਆਟ ਗੇਮਾਂ ਦੇ ਵਿੱਚ ਮੈਨੂੰ ਘਰੋਂ ਕੰਮ ਕਰਦਿਆਂ ਨੂੰ ਲਿਆ ਕੇ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਤੇ ਫਿਰ ਉਸ ਟਾਈਮ ਤੋਂ ਫਿਰ ਮਨ ਦੇ ਵਿੱਚ ਬੜਾ ਦੁੱਖ ਆਇਆ ਵੀ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ ਕਿ ਮੋਰਚਾ ਪੰਜਾਬ 'ਚ ਚੱਲ ਰਿਹਾ ਹੈ ਤੇ ਹਰਿਆਣੇ ਦੇ ਵਿੱਚ ਸਾਨੂੰ ਇੱਥੇ ਘਰੋਂ ਕੰਮ ਕਰਦਿਆਂ ਨੂੰ ਮੈਂ ਉਦੋਂ ਕਣਕ ਦੀ ਬਜਾਈ ਸੀ ਤੇ ਪਾਣੀ ਲਾ ਰਿਆ ਸੀ ਮੈਨੂੰ ਯਾਦ ਹੈ ਤੇ ਉਸ ਟਾਈਮ ਦੇ ਦਿੱ ਅਸੀਂ ਰੌਣੀ ਕਰ ਰਹੇ ਸੀ ਤੇ ਸਾਨੂੰ ਜਿਹੜਾ ਅਸੀਂ ਉਥੋਂ ਘਰੋਂ ਪਾਣੀ ਲਾਉਂਦੇ ਨੂੰ ਲਿਆ ਕੇ ਤੇ ਮੈਨੂੰ ਫੜ ਕੇ ਤੇ ਚੇਲਚ ਬੰਦ ਕਰ ਦਿੱਤਾ ਮਨ ਚ ਬੜਾ ਦੁੱਖ ਆਇਆ ਕਿ ਅਸੀਂ ਸਿੱਖ ਕੀ ਭਾਰਤ ਦੇ ਨਾਗਰਿਕ ਨਹੀਂ ਹੂੰ ਜਿਹੜਾ ਕਿ ਸਾਨੂੰ ਇਸ ਤਰ੍ਹਾਂ ਬਿਨਾਂ ਕਾਰਨ ਹੂੰ ਤੇ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਫਿਰ ਉਸ ਤੋਂ ਬਾਅਦ ਜੋ ਹਾਲਾਤ ਜਿਸ ਤਰ੍ਹਾਂ ਦੇ ਆ ਉਹ ਤੁਹਾਡੇ ਸਾਹਮਣੇ ਨੇ ਹੂੰ ਤੇ ਮਾਣੇ ਸਪਾਸੇ ਚਲੇ ਗਿਆ ਵੀ ਸਿੱਖਾਂ ਦਾ ਕਸੂਰ ਕੀ ਹੈ ਹੂੰ ਇਹ ਕਿਉਂ ਇਸ ਤਰ੍ਹਾਂ ਭਾਰਤ ਦੇ ਵਿੱਚ ਸਿੱਖਣ ਹੁੰਦਾ ਹੈ ਕਿਉਂ ਸਾਨੂੰ ਏਸ਼ੀਆਟਿਕ ਗੇਮਾਂ ਦੇ ਵਿੱਚ ਸਾਡੇ ਨਾਲ ਜੇਲ੍ਹ ਚੋਂ ਬੰਦੇ ਆਏ ਜਿਨ੍ਹਾਂ ਦੀਆਂ ਭੈਣਾਂ ਉੱਥੇ ਕਿਸ ਦੀ ਫਲਾਈਟ ਸੀ ਕਿਸੇ ਨੇ ਆਉਣਾ ਸੀ ਤੇ ਉਹਨਾਂ ਨੂੰ ਵੀ ਲਿਆਰਨ ਨੂੰ ਜਾ ਕੇ ਵੀ ਉਹ ਹਰਿਆਣਾ ਦੇ ਵਿੱਚੋਂ ਦੀ ਜਾ ਰਹੇ ਸੀ ਉਹਨਾਂ ਨੂੰ ਫੜ ਕੇ ਸੋ ਤੁਹਾਡੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਉੱਤਰ ਜ਼ਿਆਦਾ ਨਹੀਂ ਜਾਣਾਂ ਸੋ ਜਦੋਂ ਸਾਨੂੰ ਫੜ ਕੇ ਜੇਲ੍ਹে ਭਾਰਕਾ ਉਸ ਤੋਂ ਬਾਅਦ ਸਾਡੇ ਤੇ ਕੇਸ ਵੀ ਬੜੇ ਬਹੁਤ ਕੁਝ ਹੋਇਆ ਤੇ ਇਹ ਜੜਾ ਆਇਆ ਤੇ ਮੈਂ ਵੇਖਿਆ ਕਿ ਅਸਲ ਕਾਰਨ ਕੀ ਹੈ ਸਿੱਖ ਕੌਮ ਦੇ ਤੇ ਜਿਹੜੇ ਐਡੇ ਮਾਰੂ ਹਮਲੇ ਹੋ ਰਹੇ ਨੇ ਅਸਲ ਦੋਸ਼ੀ ਕੌਣ ਹੈ ਤੇ ਇਹ ਕਿਤੇ ਕਿਤੇ ਵਿਛੜਿਆ ਸਾਨੂੰ ਕੀ ਕਰਨਾ ਚਾਹੀਦਾ ਜਦੋਂ ਮੈਂ ਇਸ ਪਾਸੇ ਗਿਆ ਤੇ ਇੱਥੇ ਫਿਰ ਉਹ ਹਰਿਆਣਾ ਛੱਡ ਕੇ ਤੇ ਮੈਂ ਪੰਜਾਬ ਚ ਆ ਗਿਆ ਅੱਜ ਕੱਲ ਮੈਂ ਅਜਰਾਲਾ ਤਹਿਸੀਲ ਦੇ ਪਿੰਡ ਸਾਰਗ ਦੇ ਵਿੱਚ ਜਿਹੜਾ ਉੱਥੇ ਰਹਿਣਾ ਮੈਂ 1990 ਚ ਆ ਕੇ ਇੱਥੇ ਜ਼ਮੀਨ ਲਈ ਸੀ ਲੇਕਿਨ 2000 ਚ ਆਇਆ 2000 ਤੱਕ ਮੈਂ ਹਰਿਆਣੇ ਚ ਰਹਾ ਅੱਛਾ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਤੇ ਇੱਥੇ ਆ ਕੇ ਵੇਖਿਆ ਕਿ ਜਿੰਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਮੰਨਦੇ ਆ ਇਹਨਾਂ ਨੇ ਕੀ ਕੀਤਾ ਉਹ ਜਦੋਂ ਵਿੱਚ ਗਿਆ ਥੜਾ ਥੜਾ ਆਸਥੀ ਆਸਥੀ ਜਿੰਦਾ ਤੇ ਪਹਿਲਾ ਕੇਸ ਮੈਂ 2005 ਚ ਸ਼ਰੋਣੀ ਕਮੇਟੀ ਦੇ ਖਿਲਾਫ ਕੀਤਾ ਬਾਬੇ ਬਕਾਲੇ ਕਾਨਫਰੰਸ ਲੱਗੀ ਸੀ ਰਖੜਪੁਰਿਆਂ ਦਾ ਮੇਲਾ ਸੀ ਤੇ ਉਹ ਪੈਸਾ ਜਿਹੜਾ ਸੀ ਸਾਰਾ ਸ਼ਰੋਣੀ ਕਮੇਟੀ ਚੋਂ ਆ ਰਿਹਾ ਸੀ ਤੇ ਉਹ ਮੈਨੂੰ ਜਦੋਂ ਪਤਾ ਲੱਗਿਆ ਤੇ ਜਿਹੜੀ ਕਾਨਫਰੰਸ ਸੀ ਉਹ ਬਾਦਲ ਖਾਲੀਦਲ ਦੀ ਸੀ ਮੈਂ ਉਹ ਸਾਰਾ ਡਾਟਾ ਕਢਾਇਆ ਤੇ ਉਹ ਕਢਾ ਕੇ ਤੇ ਮੈਂ ਕੋਰਟ ਕੇਸ ਕਰਤਾ ਉਸ ਤੋਂ ਬਾਅਦ ਜਦੋਂ ਫਿਰ ਮੈਂ ਚੱਲਿਆ ਤੇ ਫਿਰ ਆ ਜਿਹੜੀਆਂ ਚੀਜ਼ਾਂ ਨੇ ਮੇਰੇ ਸਾਹਮਣੇ ਆਇਆ ਕਿਤਾਬ ਜਿਹੜੀ ਆ ਇਹ ਆਈ ਫਿਰ ਮੈਂ ਆਸਤੇ ਆਸਤੇ ਫਿਰ ਇਸ ਪਾਸੇ ਹਲ ਚੱਲ ਪਿਆ ਜਿਵੇਂ ਜਿਵੇਂ ਮੈਂ ਅੱਗੇ ਤੁਰ ਗਿਆ ਤੇਵੇਂ ਥੇਵੇਂ ਫਿਰ ਮੈਨੂੰ ਇਸ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜੋ ਇਹਦੇ ਵਿੱਚ ਸਕੈਂਡਲ ਕਿਸ ਤਰੀਕੇ ਨਾਲ ਗੁਰੂ ਕੀ ਗੋਲ ਕੋ ਲੋਟ ਰਹੇ ਨੇ ਕਿਸ ਤਰੀਕੇ ਨਾਲ ਕਿਤਾਬਾਂ ਖਾ ਰਹੇ ਨੇ ਇਹ ਕੰਮ ਕਿਹਦੇ ਵਾਸਤੇ ਕਰ ਰਹੇ ਨੇ ਇਹ ਅੱਜ ਲੋਕਾਂ ਨੂੰ ਤੇ ਇਹ ਇੱਕ ਭਲੇਖਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਇਹ ਪੰਥਕ ਲੀਡਰ ਹੈ ਤੇ ਇਹ ਸਾਰਾ ਕੁਝ ਇਹ ਪੰਥਕ ਲੀਡਰ ਤੇ ਇਹਨੂੰ ਇਹਦੇ ਪਿੱਛੇ ਲੋਕ ਚੱਲ ਰਹੇ ਨੇ ਫੰਟਸ ਸਮਝ ਕੇ ਨੂੰ ਮੋਟਾ ਪਾਉਂਦੇ ਰਹੇ ਸੋ ਜਦੋਂ ਮੈਂ ਇਹਦੇ ਪਿੱਛੇ ਚੱਲਿਆ ਤੇ ਫਿਰ ਮੈਂ ਇਸ ਪਾਸੇ ਨੂੰ ਜਿਹੜਾ ਜੀ ਉਹ ਚੱਲਿਆ ਤੇ ਬੜੇ ਲੰਬੇ ਸਮੇਂ ਤੁਸੀਂ ਗੱਲ ਆਪੇ ਸ਼ੁਰੂ ਕਰ ਲਈ ਬਲਦੇਵ ਸਿੰਘ ਜੀ ਜਿਹੜਾ ਇਹ ਕਿਤਾਬ ਹੈ ਜਿਹੜੀ ਹਿੰਦੀ ਦੇ ਵਿੱਚ ਛਾਪੀ ਹੋਈ ਹੈ ਇਹ ਵਰਜ਼ਨ ਪਹਿਲਾਂ ਪੰਜਾਬੀ ਦੇ ਵਿੱਚ ਸੀਗਾ ਸਿੱਖ ਇਤਿਹਾਸ ਇਹਦੇ ਵਿੱਚ ਉਹ ਕਿਹੜੀ ਕੰਟਰੋਵਰਸੀ ਹੈ ਜਿਹਦੇ ਕਰਕੇ ਕਮੇਟੀ ਜਿਹੜੀ ਬਣਾਈ ਗਈ ਸੀਗੀ ਜਿਹਦੇ ਉਦੋਂ ਵੀ ਜਿਹੜੇ ਉਹਦੇ ਵਿੱਚ ਕਿਰਪਾਲ ਸਿੰਘ ਹਰੀ ਜਿਹੜੀ ਉਹ ਕਮੇਟੀ ਸੀਗੇ ਆਪਾਂ ਉਹਦੀ ਬਾਅਦ ਚ ਗੱਲ ਕਰਦੇ ਹਾਂ ਕਿ ਉਹਨਾਂ ਨੇ ਕੀ ਰეკਮੈਂਡੇ ਦੇ ਵਿੱਚ ਕੀਤਾ ਕੀ ਕੰਟਰੋਵਰਸੀ ਆ ਜਿਹੜੀ ਇਹ ਕਿਤਾਬ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ છਪਾਈ છਪਾਈ ਹੋਈ ਹੈ ਜੀ ਪੰਨੂ ਸਾਹਿਬ ਇਹ ਕਿਤਾਬ ਤੁਸੀਂ ਆ ਦੇਖ ਰਹੇ ਹੋ ਹਾਂ ਕਿ ਇਹ ਸਿੱਖ ਇਤਿਹਾਸ ਹਾਂ ਹਿੰਦੀ ਭਾਸ਼ਾ ਚ ਹੈ ਇਸ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ 1999 ਦੇ ਵਿੱਚ ਇਹ ਕਿਤਾਬ ਜਿਹੜੀ ਆ ਇਹ ਧਰਮ ਪ੍ਰਚਾਰ ਕਮੇਟੀ ਉਹੀ ਹੈ ਜਿਹੜੀ ਸੁੱਚਾ ਸਿੰਘ ਲਗਾ ਜਿਹਦੇ ਮੈਂਬਰ ਸੀ ਅੱਜ ਇਹਨਾਂ ਕੋ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਿਹੜੇ ਨੂੰ ਬਦਲਦੇ ਰਹਿੰਦੇ ਨੇ ਸਾਰਾ ਕੁਝ ਇਹ ਹੁੰਦੇ ਰਹਿੰਦੇ ਨੇ ਜੀ ਉਹੀ ਕਿਉਂਕਿ ਜਿਨ੍ਹਾਂ ਨੂੰ ਬਦਲਨੇ ਬਣਾਉਣਾ ਉਹੀ ਬਣਦੇ ਹਾਂਜੀ ਹਾਂਜੀ ਇਹਦੇ ਵਿੱਚ ਮੇਨ ਕੰਟਰੋਵਰਸੀ ਕੀ ਹੈ ਜੇ ਤੁਸੀਂ ਕੋਈ ਦੱਸ ਦਿਓ ਬਹੁਤ ਕੁਝ ਹੈ ਤੇ ਮੈਂ ਤੁਹਾਨੂੰ ਆ ਤੁਸੀਂ ਪੰਨਾ ਨੰਬਰ ਜਿਹੜਾ ਹੈ ਇਹ 100 ਤੇ ਜਿਸ ਤਰ੍ਹਾਂ ਕਿ 15 ਆ 11 ਤੇ ਆ ਜਾਓ ਤੁਸੀਂ ਪੰਨਾ ਨੰਬਰ 111 ਇਹ ਤੁਸੀਂ ਦੇਖੋ ਇਦੇ ਵਿੱਚ ਸਤਵੇਂ ਪਾਤਸ਼ਾਹ ਲਿਖਿਆ ਤੇ ਵਿੱਚ ਬਹੁਤ ਕੁਝ ਹੈ ਜਿਸ ਤਰ੍ਹਾਂ ਕਿ ਨਾਨਕ ਕੇ ਗੁਰੂ ਇੱਕ ਮੁਸਲਮਾਨ تھے ਨਾਨਕ ਮੁਗਲਾਂ ਕੋ ਭਾਰਤ ਮੇ ਲਾਏ ਨਾਨਕ ਨੇ ਸਵਦੇਸ਼ੀਆਂ ਦਾ ਧਰਮ ਹੀ ਪਨ ਅਪਣਾਇਆ ਥਾ ਭਾਵੇਂ Hindu ਧਰਮ ਹੀ ਅਪਣਾਇਆ ਸੀ ਇਸੇ ਤਰ੍ਹਾਂ ਅਰਜਨ ਨੇ ਆਤਮ ਹਤਿਆ ਕਰੀ ਥੀ ਅਰਜਨ ਕੇ ਮਰਨੇ ਕੇ ਬਾਦ ਹਰਗੋਬਿੰਦ ਦਾ ਦਿਮਾਗੀ ਸਤੋਲਣ ਕੋ ਹੋ ਗਿਆ ਥਾ ਹਰਗੋਬਿੰਦ ਬਹੁਤ ਡਰਪੋ ਆਦਮੀ ਥਾ ਸੋਤੇ ਸਮੇਂ ਮੌਤ ਕੇ ਭੈਸੇ 60 ਬੰਦੂਕਦਾਰੀ ਪੈਰੇ ਪਰ ਖੜੇ ਰੰਕਤਾ ਥਾ ਇਸੇ ਤਰ੍ਹਾਂ ਆ ਗੁਰੂ ਹਰ Rai ਪਾਸ਼ਾ ਬਾਰੇ ਲਿਖਿਆ ਹੈ

ਇਹ 2007 ਵਿੱਚ ਜਦੋਂ ਮੈਂ ਕੇਸ ਕੀਤਾ ਮੇਰਾ ਕੇਸ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇੱਕ ਮੀਟਿੰਗ ਕੀਤੀ ਐਜ਼ਟਮ ਨੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਿਤਾਬ ਹੈ ਅਸੀਂ ਵਾਪਸ ਲੈਨੇ ਆ ਤੇ ਇਹ ਜਿਲ ਕਿਸੇ ਕੋਲ ਕੋਈ ਹੈਗੀ ਆ ਤੇ ਉਹ ਸਾਨੂੰ ਵਾਪਸ ਜਿਹੜਾ ਉਹ ਦੇ ਦੇਵੇ ਤੇ ਆਪਣੀ ਪੈਸੇ ਲੈ ਲੇ ਮੈਂ ਮੁੜ ਕੇ ਆਰਟੀਆਚ ਉਹਨਾਂ ਕੋਲ ਪੁੱਛਿਆ ਸੀ ਵੀ ਤੁਸੀਂ ਦੱਸੋ ਪਈ ਇਹ ਛਪਾਈਆਂ ਕਿੰਨੀਆਂ ਤੇ ਤੁਹਾਡੇ ਕੋਲ ਵਾਪਸ ਕਿੰਨੀਆਂ ਆਈਆਂ ਤੇ ਹੁਣ ਤੁਹਾਡੇ ਕੋਲ ਇਸ ਟਾਈਮ ਤੇ ਕਿੰਨੀਆਂ ਨੇ ਗੁੱਡ ਪੁਆਇੰਟ ਹਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ 300 ਕਿਤਾਬਾਂ ਮਤਾ ਪਾ ਕੇ ਛਪਾਈਆਂ ਸੀ। ਅੱਛਾ ਜੀ। ਤੇ ਇਹ 300 ਕਿਤਾਬਾਂ ਦੇ ਵਿੱਚੋਂ ਸਾਡੇ ਕੋਲ ਇਸ ਟਾਈਮ ਤੇ 5 ਕਿਤਾਬਾਂ ਜਿਹੜੀਆਂ ਨੇ ਸਲੋਮਣੀ ਕਵੰਟੀ ਗੋਲ ਲੈ। ਅੱਛਾ। 295 ਕਿਤਾਬਾਂ ਬਾਹਰ। ਅੱਛਾ ਜੀ। ਇਸ ਕਰਕੇ ਇਹ ਜਿਹੜੀ ਕਿਤਾਬ ਹੈ ਬੇਸ਼ੱਕ ਦੀ ਭਾਵੇਂ ਵਿਕਰੀ ਜਾਂ ਨੀ ਵਿਕਰੀ ਪਰ ਜਿਨ੍ਹਾਂ ਨੇ ਇਹ ਕਿਤਾਬ ਛਪਾਈ ਹੈ ਜਿਹੜੀ ਸੋਚ ਇਸ ਕਿਤਾਬ ਦੇ ਪਿੱਛੇ ਹੈ ਉਹਨਾਂ ਕੋਲ ਤੇ ਸੈਂਕੜੇ ਕਿਤਾਬਾਂ ਨੇ ਤੇ ਇਸ ਕਿਤਾਬ ਦੇ ਵਿੱਚ ਇੱਕ ਨਾ ਮੈਂ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਧਰਮ ਪ੍ਰਚਾਰ ਕਮੇਟੀ ਜਿਹੜੀ ਛਪਵਾ ਰਹੀ ਹੈ ਉਹਨੂੰ ਕਿਸੇ ਨੇ ਦੇਖਿਆ ਹੀ ਨਾ ਵੀ ਇਹਦੇ ਵਿੱਚ ਕੀ ਹੈ ਕੀ ਲਿਖਿਆ ਜਾ ਰਿਹਾ ਹੈ ਗੁਰੂ ਸਾਹਿਬਾਨ ਦੇ ਬਾਰੇ ਜਾਂ ਉਹਨਾਂ ਦੀਆਂ ਪਰਿਵਾਰਾਂ ਦੇ ਬਾਰੇ ਚ ਪੰਨੂ ਸਾਹਿਬ ਕੁਝ ਗੱਲਾਂ ਐਸੀਆਂ ਨੇ ਕਿ ਜਿਹੜੀਆਂ ਲਿਖਤੋਂ ਬਾਹਰ ਉਹ ਸਾਰਾ ਸਪਸ਼ਟ ਮੈਂ ਕਰਨਾ ਚਾਹੁੰਦਾ ਹੈ ਕਿ 16 ਮਾਰਚ 2013 ਨੂੰ ਲਾਈਵ ਪ੍ਰੋਗਰਾਮ ਮੇਰਾ ਚੱਲਿਆ ਇੱਕ ਚੈਨਲ ਤੇ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਵੇਖੀ ਵੀ ਹੋਵੇਗੀ ਤੁਸੀਂ ਉਹਦੇ ਵਿੱਚ ਮੈਂ ਕਲੀਅਰ ਕੀਤਾ ਹਾਂ ਕਿ ਇਹ ਖੜਾ ਕਿੱਥੋਂ ਤਿਆਰ ਹੋਇਆ ਹਾਂ ਸਰੋਮਣੀ ਕਮੇਟੀ ਕੋਲ ਕਿੰਨੇ ਭੇਜਿਆ ਹਾਂ ਕਿਸ ਤਰ੍ਹਾਂ ਆਇਆ ਉਸ ਰਿਪੋਰਟ ਦੇ ਉੱਤੇ ਉਹ ਮੇਰੀ ਵੀਡੀਓ ਦੇ ਉੱਤੇ ਅਜੇ ਤੱਕ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਇਹਦੇ ਮੌਜੂਦਾ ਪ੍ਰਧਾਨ ਸਾਬਕਾ ਪ੍ਰਧਾਨ ਕੋਈ ਵੀਰ ਤੇ ਕਿੰਤੂ ਨਹੀਂ ਕਰ ਸਕਿਆ ਵੀ ਇਹ ਜਿਹੜਾ ਤੂੰ ਇਲਜ਼ਾਮ ਲਾਇਆ ਝੂਠਾ ਲਾਇਆ ਉਹ ਚ ਮੈਂ ਕਲੀਅਰ ਕੀਤਾ ਕਿ ਇਹ ਜਿਹੜਾ ਖੜਾ ਆਰਐਸਐਸ ਵਾਲਿਆਂ ਨੇ ਇੱਕ ਮੀਟਿੰਗ ਕੀਤੀ ਕਿ ਸਿੱਖ ਜਿਹੜੇ ਨੇ ਇਹ ਆਪਣੇ ਆਪ ਨੂੰ ਵੱਖਰੀ ਕੌਮ ਕਹਣ ਤੋਂ ਨਹੀਂ ਹਟਦੇ ਤੇ ਕਿਸ ਤਰ੍ਹਾਂ ਹਟਾਇਆ ਜਾਵੇ ਉਹਨਾਂ ਕਹਿੰਦੇ ਕਿ ਇਹ ਜਿੰਨਾ ਚਿਰ ਆਪਣੇ ਧਰਮ ਗ੍ਰੰਥ ਨੂੰ ਮੰਨਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਇਹਦੇ ਨਾਲ ਜਿੰਨਾ ਚਿਰ ਉਦੋਂ ਉੱਥੇ ਗੱਲ ਆ ਗਈ ਜਿੱਥੇ ਮੈਂ ਸਟਾਰਟ ਕੀਤੀ ਸੀ ਵੀ ਇਹ ਕੁਸਪੈਠ ਜਿਹੜੀ ਆ ਪ੍ਰਾਣੀ ਹੋਈ ਆ ਇਹ ਉਦੋਂ ਤੋਂ ਕੁਸਪੈਠ ਜਿਹੜੀ ਉਹਦੇ ਵਿੱਚ ਆਉਣੀ ਸ਼ੁਰੂ ਹੋਈ ਆ ਹਾਂਜੀ ਆਪਾਂ ਇਹਦੇ ਤੇ ਆਉਨੇ ਆ ਔਰ ਖਾਸ ਤੌਰ ਦੇਤੇ ਜਿਹੜੀ ਕਮੇਟੀ ਬਣੀ ਇਸੇ ਕਿਤਾਬ ਨੂੰ ਲੈ ਕੇ ਉਹਨੇ ਕੀ ਰეკਮੈਂਡ ਕੀਤਾ ਜ ਜਿਹਨੂੰ ਅੱਜ ਜਿਹੜੇ ਡਾਕਟਰ ਕਿਰਪਾਲ ਸਿੰਘ ਊਰੀ ਨੇ ਜਿਨ੍ਹਾਂ ਨੂੰ ਇਹ ਸਾਈਡਲਾਈਨ ਜਿਹੜਾ ਦੀ ਕਰ ਰਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਤਾ ਜੀ ਅਸੀਂ ਉਹਨਾਂ ਤੋਂ ਸਾਰਾ ਕੰਮ ਜਿਹੜਾ ਦੀ ਉਹ ਵਾਪਸ ਲੈ ਲਿਆ। ਉਹਨਾਂ ਨੇ ਇਸ ਕਿਤਾਬ ਦੇ ਵਾਸਤੇ ਕੁਝ ਜਿਹੜੀਆਂ ਰეკਮੈਂਡੇਸ਼ਨ ਕੀਤੀਆਂ ਸੀਗੀਆਂ ਉਹਦੇ ਕੀ ਸੀ ਰეკਮੈਂਡੇਸ਼ਨ ਔਰ ਉਹਦੇ ਉੱਤੇ ਕੀ ਹੋਇਆ? ਇਹਦੇ ਬਾਰੇ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਤੋਂ ਜਾਣਾਂਗੇ। ਉਹਨਾਂ ਨੇ ਆਰਟੀਆਈ ਦੇ ਰਾਹੀਂ ਇਹ ਸਾਰਾ ਕੁਝ ਜਿਹੜਾ ਦੀ ਉਹ ਕਢਵਾਇਆ ਹੋਇਆ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਬਲਦੇਵ ਸਿੰਘ ਸਰਸਾ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਫਾਇਰਲਾਈਨ ਦੇ ਵਿੱਚ ਮੌਜੂਦ ਨੇ ਇਹਨਾਂ ਦਿਨਾਂ ਦੇ ਵਿੱਚ ਇਸ ਵੇਲੇ ਬਹੁਤ ਚਰਚਿਤ ਇਤਿਹਾਸ ਦੇ ਨਾਲ ਹੋਇਆ ਖੇਲਵਾੜ ਉਹਦੇ ਉੱਤੇ ਅਕਾਲੀ ਦਲ ਜਿਹੜਾ ਦੀ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਇਹਨੂੰ ਪੰਥਕ ਮੁੱਦਾ ਰੜਾ ਜੀ ਉਹ ਬਣਾਇਆ ਜਾਵੇ ਇਹ ਕਿਉਂਕਿ ਪੰਥਕ ਮੁੱਦੇ ਦੀ ਭਾਲ ਦੇ ਵਿੱਚ ਆਇਆ ਅਕਾਲੀ ਦਲ ਇਸ ਵੇਲੇ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਵੱਲੋਂ ਲਾਇਆ ਗਿਆ ਧਰਨਾ ਹੋਵੇ ਫਿਰ ਦਿੱਲੀ ਦੇ ਵਿੱਚ 1984 ਦਾ ਜਿਹੜਾ ਕਤਲੇਆਮ ਹੋਇਆ ਸੀ ਉਹਦੇ ਉੱਤੇ 16 ਦੇ ਵਿੱਚ ਸੇਮ ਡੇ ਦੇ ਉੱਤੇ ਮੁੰਬਈ ਤੋਂ ਲਿਆ ਕੇ ਡਾਂਸਰ ਨਚਾਏ ਜਾ ਰਹੇ ਸੀਗੇ ਔਰ ਇਸ ਵਾਰੀ ਉਹਨਾਂ ਨੂੰ ਇਹ ਲੱਗਿਆ ਕਿ ਨਹੀਂ ਹੁਣ 1984 ਦੇ ਕਤਲੇਆਮ ਦਾ ਚੇਤਾ ਵੀ ਆ ਸਕਦਾ ਕਿਉਂਕਿ ਪੰਥਕ ਮੁੱਦੇ ਦੀ ਭਾਲ ਦੇ ਵਿੱਚ ਹੈ ਸਿਰਸਾ ਸਾਹਿਬ ਨੇ ਆ ਜਿਹੜੀਆਂ ਕਿਤਾਬਾਂ ਛੋਟੀਆਂ-ਛੋਟੀਆਂ ਜਿਹੜੀਆਂ ਦੀ ਉਹ ਛਪੀਆਂ ਹੋਈਆਂ ਨੇ ਆਲਰੇਡੀ ਇਹ ਇਹ ਸਾਰੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਖਾਈਆਂ ਨੇ ਮੈਂ ਸਾਰੀਆਂ ਦਾ ਤਾਂ ਨਹੀਂ ਦੱਸ ਸਕਦਾ ਪਰ ਜੋ ਕੁਝ ਇਹਦੇ ਵਿੱਚ ਦੱਸਿਆ ਗਿਆ ਜੀ ਗੁਰੂ ਸਹਿਬਾਨ ਦਸਵੇਂ ਪਾਤਸ਼ਾਹ ਦੇ ਬਾਰੇ ਵਿੱਚ ਨੌਵੇਂ ਪਾਤਸ਼ਾਹ ਦੇ ਬਾਰੇ ਦੇ ਵਿੱਚ ਪਹਿਲੇ ਪਾਤਸ਼ਾਹ ਦੇ ਬਾਰੇ ਦੇ ਵਿੱਚ ਜੋ ਕਨਾਉਣੀਆਂ ਟਿੱਪਣੀਆਂ ਇਹਨਾਂ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ ਉਹ ਅਜਿਹੀਆਂ ਟਿੱਪਣੀਆਂ ਨੇ ਜਿਨ੍ਹਾਂ ਦੇ ਉੱਤੇ ਨੋਟਿਸ ਬਹੁਤ ਸਮਾਂ ਪਹਿਲਾਂ ਲਿਆ ਜਾਣਾ ਚਾਹੀਦਾ ਸੀ ਇਹ ਉਹ ਇਤਿਹਾਸ ਹੈ ਜਿਹੜਾ ਅਸਲ ਦੇ ਵਿੱਚ ਤੋੜਿਆ ਮਰੋੜਿਆ ਗਿਆ ਹੁਣ ਜਿਹੜਾ ਬੱਚਿਆਂ ਨੂੰ ਇਤਿਹਾਸ ਪੜਾਇਆ ਜਾ ਰਿਹਾ ਬਿਨਾਂ ਕਿਸੇ ਸ਼ੱਕ ਦੇ ਉਹਦੇ ਵਿੱਚ ਤੋੜ ਮਰੋੜ ਜਿਹੜੀ ਆ ਜੀ ਉਹ ਜਾਰੀ ਹੈ ਪਰ ਜੇਸ ਕਿਰਪਾਲ ਸਿੰਘ ਹੋਰਾਂ ਨੂੰ ਅੱਜ ਇਹ ਕੱਢ ਰਹੇ ਨੇ ਇਹ ਕਹ ਰਹੇ ਕਿ ਅਸੀਂ ਸਾਰਿਆਂ ਤੋਂ ਲਾਹਤਾਂ ਜਿਸ ਕਿਤਾਬ ਦਾ ਜ਼ਿਕਰ ਸਿਰਸਾ ਸਾਹਿਬ ਨੇ ਪਹਿਲਾਂ ਜਿਹੜਾ ਉਹ ਕੀਤਾ ਸਿੱਖ ਇਤਿਹਾਸ ਦੇ ਬਾਰੇ ਦੇ ਵਿੱਚ ਉਹਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸੌਂਪੀ ਸੀ ਜੋ ਕਿ ਆਰਟੀਆਈ ਦੇ ਤਹਿਤ ਸਾਰੀ ਜਾਣਕਾਰੀ ਬਲਦੇਵ ਸਿੰਘ ਜੀ ਦੇ ਕੋਲੇ ਮੌਜੂਦ ਹੈ ਜੀ ਇਹ ਜਿਹੜੀ ਕੰਟਰੋਵਰਸੀ ਜਿਹੜੀ ਹੋਈ ਜਿਹੜਾ ਤੁਸੀਂ ਹਿੰਦੀ ਦੇ ਵਿੱਚ ਇਹਦਾ ਤਰਜਮਾ ਹੋਇਆ ਕਿਤਾਬ ਵਾਪਸ ਲੈ ਲਈ ਕਿਉਂਕਿ ਤੁਸੀਂ ਇਹ ਇਸ਼ੂ ਜਿਹੜਾ ਸੀਗਾ ਉਹ ਚੁੱਕ ਲਿਆ ਇਹ ਬਹੁਤ ਵੱਡੀ ਗੱਲ ਸੀਗੀ ਜੀ ਕਿ ਨਹੀਂ ਤਾਂ ਅਦਰਵਾਈਜ਼ ਪਤਾ ਨਹੀਂ ਕਿੰਨੀ ਕੁ ਵਿਕਦੀ ਰਹਿੰਦੀ ਪਰ ਜਿਵੇਂ ਤੁਸੀਂ ਦੱਸਿਆ ਹੈਗੀ ਆ ਇਹ ਇੱਕ ਕਿਰਪਾਲ ਸਿੰਘ ਹੋਰੀਏ ਦੇ ਵਿੱਚ ਕਿਵੇਂ ਸ਼ਾਮਲ ਹੋਏ ਉਹਨਾਂ ਨੇ ਉਹਨਾਂ ਦੀ ਖਾਸ ਤੌਰ ਤੇ ਰეკਮੈਂਡੇਸ਼ਨ ਜਿਹੜੀ ਉਹ ਕੀ ਸੀ ਕੀ ਉਹਨਾਂ ਨੇ ਸੁਝਾਇਆ ਮਨੂ ਸਰ ਇੱਕ ਬੜਾ ਅਹਿਮ ਹੁੰਦਾ ਹੈ ਇਹ ਇੱਕ 518 ਨੂੰ ਆਰਟੀਆਈ ਚ ਮੈਨੂੰ ਜਾਣਕਾਰੀ ਮਿਲੀ ਹੈ ਇਹ ਜੋ ਜਾਣਕਾਰੀਆਂ ਦਿੱਤੀ ਮੈਂ ਪੁੱਛਿਆ ਸੀ ਕਿ ਇਹ ਜਿਹੜੀ ਸਿੱਖ ਇਤਿਹਾਸ ਹਿੰਦੀ ਪੁਸਤਕ ਹੈ ਇਹਦੇ ਤੇ ਅੱਜ ਤੱਕ ਸਰੋਵਣੀ ਕਮੇਟੀ ਨੇ ਜਿਹੜੀ ਕਮੇਟੀ ਬਣਾਈ ਸੀ ਸਬ ਕਮੇਟੀ ਬਣਾਈ ਸੀ ਇਸ ਕਿਤਾਬ ਦੀ ਪਰਚੋਲ ਵਾਸਤੇ ਉਹ ਕਮੇਟੀ ਨੇ ਕੀ ਰਿਪੋਰਟ ਦਿੱਤੀ ਉਹਦੇ ਵਿੱਚ ਮੈਂਬਰ ਕੌਣ ਕੌਣ ਸੀ ਐ ਉਹਦੇ ਵਿੱਚ ਮੈਂਬਰ ਨੇ ਇਹ ਜਿਹੜੀ ਆ ਇਹ ਕਮੇਟੀ ਜਿਹੜੀ ਆ ਇਹ ਬਣੀ ਸੀ 5 9 2007 ਦੇ ਵਿੱਚ ਠੀਕ ਹੈ ਜੀ ਐ ਆ ਕੀ ਇਹ ਸਾਰੇ ਮੈਂਬਰਾਂ ਦੇ ਨਾਮ ਨੇ ਜਿਦੇ ਵਿੱਚ ਸਰਦਾਰ ਕਰਪਾਲ ਸਿੰਘ ਵੀ ਨੇ ਜਿਨ੍ਹਾਂ ਨੂੰ ਹੁਣ ਇਹਨਾਂ ਨੇ ਛਾਂਗਿਆ ਇਹਨਾਂ ਨੇ ਫਿਰ ਇੱਕ ਮੀਟਿੰਗ ਕੀਤੀ ਇਹ ਸਾਰਿਆਂ ਨੇ ਇਹਨਾਂ ਨੇ ਆਪਣੀ ਮੀਟਿੰਗ ਕਰਕੇ 11 9 2007 ਦੇ ਵਿੱਚ ਇਹਨਾਂ ਸਾਰਿਆਂ ਦੀ ਸਰਬਸੰਮਤੀ ਨਾਲ ਮੀਟਿੰਗ ਹੋ ਗਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੀ ਸਿੱਖ ਇਤਿਹਾਸਿੰਦੀ ਪੁਸਤਕ ਹੈ ਇਹ ਨਾ ਤਾਂ ਗੁਰ ਇਤਿਹਾਸ ਦੇ ਮੁਤਾਬਕ ਹੈ ਅਨੁਕੂਲੀ ਹੈਗੀ ਨਾ ਇਹ ਪੰਥਕ ਮਰਿਆਦਾ ਨਾ ਇਹ ਕਿਸੇ ਵੀ ਕਿਸਮ ਦੀ ਇਹ ਸਿੱਖ ਇਤਿਹਾਸ ਨਾਲ ਸੰਬੰਧਿਤ ਨਹੀਂ ਇਹ ਚ ਬਹੁਤ ਗਲਤ ਲਿਖਿਆ ਹੈ ਤੇ ਫਿਰ ਉਹ ਉਹਦੇ ਵਿੱਚ ਆਪਣੀ ਉਹ ਪਰਚਾਲ ਪਰਚੋਲ ਕਰਕੇ ਕਮੇਟੀ ਤੇ ਇਹਨਾਂ ਨੂੰ ਕਹਿੰਦੇ ਨੇ ਕਿ ਇਹ ਸਿੱਖ ਇਤਿਹਾਸ ਜਿਹੜੀ ਆ ਕਿਤਾਬ ਹੈ ਇਹ ਨਾ ਤਾਂ ਕਿਸੇ ਲੇਖਕ ਦਾ ਨਾਂ ਹੈ ਨਾ ਇਹ ਪ੍ਰੈਸ ਦਾ ਜੋਲਾ ਉਹਦੇ ਮੁਤਾਬਕੇ ਦੇ ਵਿੱਚ ਕੁਝ ਹੈ ਆ ਪਬਲਿਸ਼ਰ ਕੌਣ ਹੈ ਪਲਵੀਸ਼ਰ ਕੌਣ ਹੈ ਦੂਸਰੇ ਪਬਲਿਸ਼ਰ ਤੇ ਆਏਗਾ ਲੇਕਿਨ ਇਹ ਕਿਤਾਬ ਜਿਹੜਾ ਹੈ ਵੀ ਜਿਸ ਤਰ੍ਹਾਂ ਇਹ ਹੁੰਦਾ ਹੈ ਕਿ ਇਹ ਕਿਤਾਬ ਦੀ ਪਹਿਲੀ ਐਡੀਸ਼ਨਲ ਹੈ ਦੂਜੀ ਹੈ ਕਿ ਇਸ ਤਰ੍ਹਾਂ ਦਾ ਕੌਣ ਹੈ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਲੇਖਕ ਕੌਣ ਹੈ ਅਨੁਵਾਦਕ ਕੌਣ ਹੈ ਇਹ ਚੀਜ਼ਾਂ ਨਹੀਂ ਇਹਦੇ ਵਿੱਚ ਆ ਗਈਆਂ ਠੀਕ ਪਬਲਿਸ਼ਰ ਤੇ ਆ ਗਈ ਸ਼੍ਰੋਮਣੀ ਕਿਤਾਬ ਆ ਗਈ ਧਰਮ ਪ੍ਰਚਾਰ ਆ ਗਈ ਤੇ ਪ੍ਰੈਸ ਆ ਗਈ ਡਾਨ ਪ੍ਰੈਸ ਲੇਕਿਨ ਇਹਦਾ ਲੇਖਕ ਕੌਣ ਹੈ ਅਨੁਵਾਦਕ ਕੌਣ ਹੈ ਇਹ ਪਹਿਲੀ ਐਡੀਸ਼ਨ ਵਾਲਾ ਹੈ ਦੂਜੀ ਐਡੀਸ਼ਨ ਕੀਤੀ ਹੈ ਇਹ ਨਹੀਂ ਹੈਗਾ ਇਹ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਲੈ ਕੇ ਤੋਂ ਉਹਨਾਂ ਨੇ ਕਿਹਾ ਵੀ ਇਹ ਕਿਤਾਬ ਜਿਹੜੀ ਆ ਇਹ ਇੱਕ ਸਾਜ਼ਿਸ਼ ਦੇ ਤਹਿਤ ਛਪੀ ਹੈ ਤੇ ਇਸ ਸ਼੍ਰੋਮਣੀ ਕਮੇਟੀ ਜਿਹੜੀ ਆ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਇੱਕ ਕਮੇਟੀ ਬਣਾ ਕੇ ਤੇ ਪਰਚੋਲ ਕਰਾਵੇ ਕਿ ਉਹ ਕੌਣ ਐ ਸ੍ਰੋਮਣੀ ਕਮੇਟੀ ਦੇ ਵਿੱਚ ਬੈਠਾ ਜਿਨੇ ਇਹ ਕਿਤਾਬ ਪਬਲਿਸ਼ ਕਰਾਈ ਆ ਇਹ 5119 2007 ਤੋਂ ਲੈ ਕੇ 15 2018 ਤੱਕ ਪੰਨੂ ਸਾਹਿਬ ਇੱਤੇ ਕੋਈ ਕਮੇਟੀ ਨਹੀਂ ਜੇ ਬਣੀ ਅੱਛਾ ਇਹਦੀ ਕੋਈ ਪਰਤਾਲ ਨਹੀਂ ਹੋਈ ਉਹਨਾਂ ਨੇ ਰეკਮੈਂਡ ਸਪੈਸ਼ਲੀ ਇਹ ਕੀਤਾ ਤੁਹਾਡੇ ਸਾਹਮਣੇ ਬਿਲਕੁਲ ਲਿਖਿਆ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਲੈ ਕੇ ਦੇ ਰਹੀ ਹੈ ਆਰਟੀਆਈ ਦਿੱਤਾ ਤੇ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਮੈਂ ਕਿਉਂਕਿ ਗੱਲ ਉਹ ਹੁੰਦੀ ਹੈ ਜਿਹੜੀ ਤੱਤਾਂ ਦੇ ਆਧਾਰ ਤੇ ਕਰੇ ਐਵੇਂ ਹੁਣ ਜਿਸ ਤਰ੍ਹਾਂ ਸੁਖਬੀਰ ਬਾਦਲ ਜਿਵੇਂ ਧਰਨੇ ਲਾਈ ਬੈਠਾ ਸਭ ਕਰੀ ਬੈਠਾ ਆ ਰੇ ਕਰ ਜਾਂਦਾ ਗੱਲ ਕੁਛ ਹੈ ਉਹਨੂੰ ਸਾਰਾ ਦੂਸਰੇ ਦੇ ਜਮੇ ਕਾਂਗਰਸ ਦੇ ਜਮੇ ਇੱਕੋ ਇੱਕ ਜਿਸ ਤਰ੍ਹਾਂ ਪਹਿਲਾਂ ਬਾਪਤੀ ਪਾਲਸ ਜਿਵੇਂ ਜਿਵੇਂ ਹੁਣ ਸਿਰਸਾ ਸਾਹਿਬ ਹਟਾਇਆ ਗਿਆ ਕਿਰਪਾਲ ਸਿੰਘ ਹਰਨਸ਼੍ਰ ਨੇ ਜਿਹੜਾ ਜੀ ਉਹ ਲਾ ਤੁਸੀਂ ਸਮਝਦੇ ਹੋ ਕਿ ਉਹ ਡਿਸਰਵਿੰਗ ਨੇ ਜਿਹੜਾ ਜਿਹੜਾ ਛੇੜਚਾੜ ਜਿਹੜੀ ਸਿਲੇਬਸ ਦੇ ਨਾਲ ਜਿਹੜੀ ਸਕੂਲੀ ਸਿਲੇਬਸ ਨਾਲ ਹੋਈ ਹੈ ਉਹ ਡਿਸਰਵਿੰਗ ਨੇ ਉਹ ਉਹ ਠੀਕ ਨੇ ਦੇਖੋ ਜਿਹੜਾ ਉਹਨੂੰ ਸ਼੍ਰੋਮਣੀ ਕਮੇਟੀ ਨੇ ਇਸ ਤਰ੍ਹਾਂ ਉਹਨੂੰ ਆਪਣੇ ਜਿਹੜੇ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਸੀ ਉਹਨਾਂ ਤੋਂ ਵਾਪਸ ਲੈ ਲਿਆ ਲੇਕਿਨ ਇਹ ਉਹੀ ਕਿਰਪਾਲ ਸਿੰਘ ਹੈ ਜਿਹਨੂੰ ਇੱਕ ਮਿਤੀ ਜ ਬਣਾਇਆ ਸੀ ਉਹਦੀ ਰਿਪੋਰਟ ਤੇ ਉਦੋਂ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਉਦੋਂ ਠੀਕ ਸੀ ਜੇ ਉਹ ਗਲਤ ਸੀ ਤੇ ਉਸੇ ਟਾ ਉਸ ਤੋਂ ਬਾਅਦ ਇਹਨੂੰ 2007 ਤੋਂ ਹੁਣ ਤੱਕ ਕਿਉਂ ਰੱਖਿਆ ਇਹ ਸਵਾਲ ਹੈ ਸਰਮੀ ਕਮੇਟੀ ਨੇ ਕਿਉਂ ਰੱਖਿਆ ਬਿਲਕੁਲ ਉਹ ਤਾਂ ਕਿਉਂ ਰੱਖਿਆ ਹਾਂ ਚੋਂ ਰੱਖਿਆ ਹੁਣ ਤੱਕ ਅੱਜ ਚੇਤਾ ਆਏ ਇਹਨਾਂ ਨੂੰ ਕਿ ਇਹ ਗਲਤ ਹੈ ਜਦੋਂ ਤੁਹਾਡੀਆਂ ਰਿਪੋਰਟਾਂ ਹੁਣ ਤੱਕ ਰੱਖਿਆ ਕਿਉਂ ਰੱਖਿਆ ਜਿਹੜੀ ਉਹਨੇ ਜਿਹੜੀ ਪੰਜਾਬ ਸਿੱਖਿਆ ਵਿਭਾਗ ਵੱਲੋਂ ਜਿਹੜਾ ਇਹ ਸਲਿਪਸ ਪਲਸ 2 ਦਾ ਜਿਹੜਾ ਚੱਲ ਰਿਹਾ ਜਿੱਤੇ ਜਿਆਦਾ ਇਸ ਟਾਈਮ ਤੇ ਹੁਣ ਰੌਲਾ ਪੈ ਰਿਹਾ ਹੈ ਵੀ ਇਹ ਸੁਖਬੀਰ ਬਾਦਲ ਵੀ ਧਰਨੇ ਦੇ ਰਿਹਾ ਸਭ ਕਰ ਰਿਹਾ ਸਰੋਣੀ ਕਮੇਟੀ ਵੀ ਕਰ ਰਹੀ ਹੈ ਕਿ ਇਹ ਜੀ ਕਾਂਗਰਸ ਪਾਰਟੀ ਜਿਹੜੀ ਹੈ ਸਿੱਖਾਂ ਦੇ ਤੇ ਇਸ ਤਰ੍ਹਾਂ ਕਰਦੀ ਆ ਇਹ ਤਰੁਣ ਮੁੜ ਕੇ ਇਤਿਹਾਸ ਲਿਖਾ ਰਹੀ ਆ ਤੇ ਉਸ ਕਮੇਟੀ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਵੀ ਇੱਕ ਸਰਦਾਰ ਕਰਪਾ ਸਿੰਘ ਨੂੰ ਕਮੇਟੀ ਬਣਾਇਆ ਸੀ ਉਹਦੇ ਜੁਮੇ ਲਾ ਰਹੇ ਨੇ ਉਹਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਇਹ ਅਸੀਂ ਤਾਂ ਜਿਆ ਤਿਆਰੀ ਕਰ ਰਹੇ ਹਾਂ ਵੀ ਅਸੀਂ ਇਹਨੂੰ ਕਿਤਾਬ ਦਾ ਰੂਪ ਤਾਂ ਦਿੱਤਾ ਹੀ ਨਹੀਂ ਗਿਆ ਤੇ ਉਹਨੂੰ ਜਿਹੜਾ ਅਸੀਂ ਇਹਨਾਂ ਚਾਹਕਾ ਪਰ ਮੈਂ ਇੱਥੇ ਥੋੜਾ ਜਿਹਾ ਪੰਨੂ ਸਾਹਿਬ ਇਹ ਵੀ ਗੱਲ ਕਵਾਂਗਾ ਕਿ ਭਾਵੇਂ ਉਹਦੇ ਵਿੱਚ ਕੁਝ ਵੀ ਆ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਚਾਹੇ ਉਹ ਸਰਦਾਰ ਕ੍ਰਿਪਾਲ ਸਿੰਘ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਤੇ ਚਾਹੇ ਕੋਈ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਐਰਾਗਾਰਾ ਨੱਥੂ ਖੇਰਾ ਕੋਈ ਵੀ ਹੋਵੇ ਕਿਸੇ ਨੂੰ ਹੱਕ ਨਹੀਂ ਕਿ ਉਹ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਤਰੋੜ-ਮੋੜ ਕੇ ਲਿਖੇ ਜਿਵੇਂ ਕਿ ਆ ਸਿੱਖ ਇਤਿਹਾਸ ਜਿਹੜਾ ਹੈ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸੀ ਜਦੋਂ ਉਹਨੇ ਲਿਖੀ ਇਹ ਪਬਲਿਸ਼ ਉਹਦੇ ਟਾਈਮ ਤੇ ਹੋਈ ਆ ਬੀਬੀ ਜਗੀਰ ਕੌਰ ਦੇ ਟਾਈਮ ਤੇ ਹੋਈ ਇਹਦੇ ਟਾਈਮ ਤੇ ਪੁਰੀ ਸੋਲਡ ਹੈ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਸੋ ਸਾਜਨਾ ਦਿਵਸ ਨੂੰ ਸਮਰਪਿਤ ਸੀ ਬਿਲਕੁਲ ਔਰ ਵਿੱਚ ਉਹਦੇ ਕੀ ਲਿਖਿਆ ਜਾਦਾ ਹੈ ਵਿੱਚ ਕੀ ਲਿਖਿਆ ਤੁਹਾਡੇ ਸਾਹਮਣੇ ਆ ਸਾਰਾ ਤੁਹਾਨੂੰ ਦੱਸਤਾ ਹੈ ਸੋ ਇਹ ਜਿਹੜਾ ਕ੍ਰਿਪਾਲ ਸਿੰਘ ਮਲਕੇ ਸਰਦਾਰ ਕ੍ਰਿਪਾਲ ਸਿੰਘ ਨੂੰ ਉਠਾਇ ਉਹਦੇ ਵਿੱਚ ਉਹਨਾਂ ਨੇ ਆਪਣਾ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਹੈ। ਹੂੰ ਇਹ ਹੁਣ ਉਹਨਾਂ ਨੇ ਵੇਖਣਾ ਹੈ, ਸਰਕਾਰ ਨੇ ਵੇਖਣਾ ਹੈ, ਸੁਖਵੀਰ ਨੇ ਵੇਖਣਾ ਹੈ ਕਿ ਇਹ ਕੀ ਹੈ ਤੇ ਭਈ ਇਹਨੂੰ ਕਿਉਂ ਰੱਖਿਆ ਹੈ? ਮੈਂ ਤੇ ਕੋਈ ਸਵਾਲ ਕਰਾਂਗਾ ਭਈ ਜੇ ਇਹ ਗਲਤ ਸੀ ਇਤਿਹਾਸ ਤੋਂ ਜਾਣੂ ਨਹੀਂ ਸੀ, ਜੇ ਇਹਨੇ ਹੁਣ ਗਲਤ ਕੀਤਾ ਤੇ ਜਿਹੜੀਆਂ ਪਹਿਲੀਆਂ ਕਿਤਾਬਾਂ ਸੀ ਉਹਨਾਂ ਚ ਠੀਕ ਕੀਤਾ ਇਹਨੂੰ ਹੁਣ ਤੱਕ ਰੱਖਿਆ ਕਿਉਂ? ਹੂੰ ਇਸ ਸਵਾਲ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਹਨ ਇਹ ਜਿਹੜੀ ਕਮੇਟੀ ਬਣਾਈ ਸੀ ਇਹ ਵੀ ਜ਼ਗੀਰਕਾਰ ਹੋਣਾਂ ਦੇ ਸਮੇਂ ਬਣੀ ਇਹ ਇਹ 2007 ਦੇ ਵਿੱਚ ਅਵਤਾਰ ਸਿੰਘ ਮੱਕੜ ਨੇ ਬਣਾਈ ਮੱਕੜ ਸਾਹਿਬ ਨੇ ਬਣਾਈ ਅੱਛਾ ਠੀਕ ਹੈ ਠੀਕ ਹੈ ਇਹ ਉਦੋਂ ਬਣੀ ਹੈ ਵੇਖੋ ਨਾ 2007 ਦੇ ਵਿੱਚ ਬਣੀ ਹੈ ਇਹ 7 ਦੇ ਵਿੱਚ ਬਣਾਈ ਪਰ 99 ਵਿੱਚ ਛਪੀ ਹੋਈ ਕਿਤਾਬ ਇਹਦਾ ਜਿੰਨੀ ਦੇਰ ਤੱਕ ਮਤਲਬ ਕਿ ਤੁਸੀਂ ਇਹਨੂੰ ਸਾਹਮਣੇ ਨਹੀਂ ਲੈਂਦਾ ਉਹ ਉਨੀ ਦੇਰ ਤੱਕ ਉਹ ਵਿਕੀ ਗਈ ਇੱਕ ਕਿਸਮ ਦੇ ਨਾਲ ਜਿਹੜੇ ਜਿਹੜਾ ਤੁਸੀਂ ਸਵਾਲ ਵੱਡਾ ਕੀਤਾ ਕਿ ਇਹਦੇ ਕਿਹੜਾ ਐਡੀਸ਼ਨ ਸੀਗਾ ਇਹ ਕਿੰਨੇ ਛਪੇ ਐਡੀਸ਼ਨ ਜੋ ਮੈਂ ਦੀ ਪੰਨੂ ਸਾਹਿਬ ਤਹ ਤੱਕ ਗਿਆ ਹਾਂ ਉਹਦੇ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਇਹ ਕਿਤਾਬ ਮਤਾ ਪਾ ਕੇ ਤੇ ਪਬਲਿਸ਼ ਕਰਾਤੀ 300 ਕਿਤਾਬਾਂ ਖਾਲਸੇ ਦੇ 300 ਸਾਲਾ ਸਾਜਨਾ ਜਪਸ ਨੂੰ ਇੱਕ ਸਟੈਂਟਰ ਚ ਇਹਨਾਂ ਨੇ ਇਹਨਾਂ ਕੋਲੇ ਖਾੜਾ ਆ ਗਿਆ ਸੀ 1990 91 ਚ ਮੇਰੀ ਰਿਪੋਰਟ ਦੇ ਮੁਤਾਬਕ ਜੋ ਮੈਂ ਪਰਚੋਲ ਕੀਤੀ ਆ ਉਹ ਖਾੜਾ ਇਹਨਾਂ ਕੋਲ ਆ ਗਿਆ ਪ੍ਰਕਾਸ਼ ਨੂੰ ਬਦਲਦੇ ਰਹੇ ਸੀ ਜਿਹੜੀ ਵੀ ਵੀਡੀਓ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਆ ਜਦੋਂ ਖਾੜਾ ਇਹਨਾਂ ਕੋਲੇ 1990 92 ਦੇ ਵਿੱਚ ਆ ਗਿਆ ਤੇ ਇਹਨਾਂ ਨੇ ਸੋਚਿਆ ਵੀ ਜੇ ਇਹਨੂੰ ਸਿੱਧਾ ਕਿਤਾਬ ਦਾ ਰੂਪ ਦਿੱਤਾ ਤਾਂ ਅਸੀਂ ਮਾਰੀ ਜਾਵਾਂਗੇ ਇਹਨਾਂ ਨੇ ਫਿਰ ਇੱਕ ਸਟੈਂਟਰ ਚ ਕਿ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਆ ਰਿਹਾ 1992 ਵਿੱਚ ਉਹਨੂੰ ਸਮਰਪਿਤ ਵੱਖ-ਵੱਖ ਰਾਈਟਰਾਂ ਦੀਆਂ 300 ਕਿਤਾਬਾਂ ਛਪਾਈਆਂ ਜਾਣਗੀਆਂ ਹਰ ਕਿਤਾਬ ਦੀਆਂ 300 ਕਾਪੀਆਂ ਹੋਣਗੀਆਂ ਅੱਛਾ ਇਹ ਇਹਨਾਂ ਨੇ ਮਤਾਂ ਪਾ ਕੇ ਤੇ ਜਿਹਦੇ ਵਿੱਚ ਕਿਤਾਬਾਂ ਛਪੀਆਂ ਸਿਰਫ ਪੰਨੂ ਸਾਹਿਬ 8 ਅੱਛਾ ਮਤਾ 300 ਦਾ ਅੱਛਾ ਜੀ ਕਿਤਾਬਾਂ 8 ਸਪਈਆਂ ਜਿਨ੍ਹਾਂ ਅਠਾਂ ਦੇ ਵਿੱਚ ਇੱਕ ਇਹ ਹੂੰ ਬਾਕੀ ਤੋਂ ਇਹਨਾਂ ਨੇ ਵੱਖਰੇ ਆਪਣੀ ਪ੍ਰੈਸ ਤੋਂ ਛਪਾਈਆਂ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਹੈ ਉਹਨਾਂ ਦਾ ਪਲਾਨ ਲੱਗਿਆ ਹੋਇਆ ਤੇ ਇਹ ਅੱਠਵੀਂ ਕਿਤਾਬ ਉਹਨਾਂ ਨੇ ਅੰਮ੍ਰਿਤਸਰ ਤੋਂ ਡਾਨ ਪ੍ਰੈਸ ਤੋਂ ਛਪਾਈ ਆ ਅੱਛਾ ਜੀ ਇਹ ਛਪਾ ਕੇ ਤੇ ਉਹਨਾਂ ਨੇ ਮੇਰੀ ਰਿਪੋਰਟ ਦੇ ਮਤਲਬ ਜੋ ਮੈਂ ਪਰਚੋਲ ਕੀਤੀ ਉਹਦੇ ਮਤਲਬ ਸਾਰੀਆਂ ਕਿਤਾਬਾਂ ਨਾਗਪੁਰ ਜਿਹੜੀ ਅਸੀਂ ਉਹਨਾਂ ਦੇ ਹੈੱਡ ਆਫਿਸ ਭੇਜਤੀਆਂ ਅੱਛਾ ਜੀ ਉਹਨਾਂ ਨੇ ਜੋ ਮੈਨੂੰ ਪਤਾ ਲੱਗਾ ਕਿ ਅੱਗੋਂ ਹਜ਼ਾਰਾਂ ਕਿਤਾਬਾਂ ਜਿਹੜਾ ਇਹ ਭੇਦ ਰੱਖਿਆ ਗਿਆ ਨਾ ਇਹੀ ਸਵਾਲ ਹੈ ਵੱਡਾ ਪਹਿਲੀ ਐਡੀਸ਼ਨ ਵਾਲਾ ਕਿ ਦੂਜੀ ਹੈ ਕਿ ਤੀਜੀ ਹੈ ਇਹ ਕਿਉਂ ਨਹੀਂ ਲਿਖਿਆ ਇਹਦੇ ਵਿੱਚ ਇੱਕ ਰਾਜ ਹੈ ਉਹ ਰਾਜ ਇਹ ਹੈ ਕਿ ਇਹਦੇ ਇਸ ਕਿਤਾਬ ਦੀ ਤਰਜ ਦਿੱਤੇ ਇਸ ਪ੍ਰੈਸ ਦੇ ਨਾਂ ਦਿੱਤੇ ਉਹਨਾਂ ਨੇ ਹਜ਼ਾਰਾਂ ਕਿਤਾਬਾਂ ਹੋਰ ਛਪਾਈਆਂ ਨੇ ਉਹਨਾਂ ਨੇ ਆਪਣੇ ਪ੍ਰਚਾਰਕਾਂ ਨੂੰ ਦਿੱਤੀਆਂ ਨੇ ਉਹਨਾਂ ਦਾ ਮਰੂਰਤ ਸੀ ਕਿ ਇਹ 30 40 ਸਾਲ ਇਸ ਕਿਤਾਬ ਦਾ ਪਤਾ ਨਾ ਲੱਗੇ ਤੇ ਉਸ ਤੋਂ ਬਾਅਦ ਮੁੜ ਕੇ ਸਿੱਖਾਂ ਦੇ ਉੱਤੇ ਹਮਲਾ ਕਰਾਂਗੇ ਵੀ ਇਹ ਸਿੱਖੋ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਇਸ ਤਰ੍ਹਾਂ ਦੇ ਵੀ ਇਹਨਾਂ ਨੇ ਹਿੰਦੂ ਧਰਮ ਦੇ ਗੁਰੂ ਨਾਨਕ ਪਾਤਸ਼ਾਹ ਨੇ ਗੋਲਾ ਦਾ ਵਿਰੋਧ ਕੀਤਾ ਉਹ ਤੇ ਇਸ ਤਰ੍ਹਾਂ ਦੇ ਤੁਸੀਂ ਕਹਿੰਦੇ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਸੀ ਉਹ ਇਸ ਤਰ੍ਹਾਂ ਮਤਲਬ ਕਿ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਨਹੀਂ ਉਹ ਤਾਂ ਆ ਉਹਦੀ ਨਿੱਜੀ ਲੜਾਈ ਸੀ ਤੇ ਉਹਦੇ ਪੁੱਤਰ ਦਾ ਚੰਦੂ ਦੀ ਬੇਟੀ ਦਾ ਰਜਿਸਤਾ ਛੱਡਿਆ ਸੀ ਤੇ ਤਾਂ ਕਰਕੇ ਚੰਦੂ ਨੇ ਜਿਹੜਾ ਸੀ ਉਹ ਤੇ ਤੇ ਔਰ ਚੰਦੂ ਦਾ ਤੇ ਕੋਈ ਕਸੂਰ ਨਹੀਂ ਉਹ ਤੇ ਜਾਗੀਰ ਦੇ ਜੜਾ ਸੀ ਉਹਨੂੰ ਕਰਾ ਸਾਰਾ ਕਰਾ ਇਸੇ ਤਰ੍ਹਾਂ ਤੁਸੀਂ ਕਹਿੰਦੇ ਜੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹਿੰਦੂ ਧਰਮ ਦੀ ਖਾਤਰ ਜਿਹੜਾ ਉਹ ਸੀ ਬਲੀਦਾਨ ਦਿੱਤਾ ਤੇ ਉਹ ਤਾਂ ਚੋਰਾਂ ਤੇ ਡਕੈਤਾਂ ਨੂੰ ਤੇ ਸਰਕਾਰ ਦੇ ਬਾਗੀਆਂ ਨੂੰ ਫੜਾ ਦਿੰਦੇ ਸੀ ਤਾਂ ਕਰਕੇ ਉਹਨਾਂ ਨੂੰ ਸਰਕਾਰ ਨੇ ਕਤਲ ਕੀਤਾ ਤੁਸੀਂ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਤੇ ਪੁੱਤਰਾਂ ਦੇ ਵਿਯੋਗ ਚ ਆਤਮ ਹੱਤਿਆ ਕੀਤੀ ਆ ਤੁਸੀਂ ਬੜਾ ਜੋਧਾ ਕਹਿੰਦੇ ਜੀ ਉਹਨੂੰ ਸੋ ਇਸ ਕਰਕੇ ਉਹਨਾਂ ਦੀ ਇਹ ਤਿਆਰੀ ਹੋ ਰਹੀ ਸੀ ਉਹਨਾਂ ਦੇ ਵਿੱਚੋਂ ਭਾਂਡਾ ਛੋਟਾ ਤੇ ਵਸਤੂ ਜਦੋਂ ਪਾ ਜਿੰਦੀ ਹੈ ਜਿਆਦਾ ਤੇ ਉਹ ਕੋ ਫਿਰ ਉਛਲ ਜਾਂਦਾ ਹੈ ਇਹ ਕਾਰ ਐਸਐਸ ਦਾ ਵਰਕਰ ਸੀ ਜਿਹਨੂੰ ਇਹ ਕਿਤਾਬ ਮਿਲੀ ਸੀ ਤਿਆਰੀ ਕਰ ਰਿਹਾ ਸੀ ਉਮਰ ਛੋਟੀ ਸੀ ਉਹਨੇ ਸੋਚਿਆ ਵੀ ਹੁਣ ਵਾਵਾ ਚਰ ਲੰਘਿਆ ਤੇ ਇਹ ਕਿਉਂ ਨਾ ਮੈਂ ਕਰਾਂ ਸੋ ਉਹਨੇ ਇੱਕ ਸਿੱਖ ਦੇ ਨਾਲ ਇਸ ਜੀਤੀ ਜਦੋਂ ਬਹਿਸ ਆਸ-ਆਸ ਤੇ ਕਰਨੀ ਸ਼ੁਰੂ ਕੀਤੀ ਤੇ ਉਹ ਜਦੋਂ ਜਿਆਦਾ ਕੇ ਵਧ ਗਿਆ ਤੇ ਫਿਰ ਇਹ ਕਿਤਾਬ ਉਥੇ ਰੌਲਾ ਪੈਣ ਦੇ ਨਾਲ ਉਹ ਬੰਦੇ ਨੇ ਕਿਤਾਬ ਮੇਰੇ ਕੋਲ ਭੇਜੀ ਤੇ ਮੈਂ ਕੇਸ ਕੀਤਾ ਮੇਰਾ ਕੇਸ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਕਰਪਾਲ ਸਿੰਘ ਜਰਾਂ ਦੀ ਪਰਚੋਲ ਕਮੇਟੀ ਬਣਾਈ ਆ ਤੇ ਫਿਰ ਜਿਹੜੀ ਗੱਲ ਇਹ ਉਹਨਾਂ ਨੇ ਰਿਪੋਰਟ ਕੀਤੀ ਕਰਪਾਲ ਸਿੰਘ ਜਰਾਂ ਨੇ ਉਹਤੇ ਅੱਜ ਤੱਕ ਇਹਨਾਂ ਨੇ ਅੱਗੋਂ ਕਮੇਟੀ ਕਿਉਂ ਨਹੀਂ ਬਣਾਈ ਬਲਦੇਵ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਨੇ ਮੈਂਬਰ ਆ ਪੁੱਛ ਲਓ ਕਹਿੰਦੇ ਠੇਕਾ ਹੀ ਅਸੀਂ ਲਿਆ ਹਾਇਆ ਕਿਸੇ ਦੀ ਨਿਗਾਹ ਦੇ ਵਿੱਚ ਇਹ ਚੜੀ ਹੋਈ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਤੁਹਾਡੇ ਕੋਲੇ ਨਹੀਂ ਆ ਗਈ ਅਹ ਦੇਖੋ ਮੈਂ ਪੰਨੂ ਸਾਹਿਬ ਉਹ ਗੱਲ ਤੇ ਇੱਕ ਬੱਖਰੀ ਆ ਗਈ ਬੜਾ ਇੱਕ ਅਹਿਮ ਸਵਾਲ ਹੈ ਹਾਂ ਹਾਂ ਵੀ ਜੈ ਜੈ ਮੈਂ ਇਹ ਇਹਦੇ ਉੱਤੇ ਮੈਂ ਤੁਹਾਡੇ ਕੋਲ ਡਿਟੇਲ ਚਾਉਣਾ ਥੋੜੀ ਜੀ ਮੈਂ ਆਪਾਂ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਤੇ ਆਉਨੇ ਕਿਉਂਕਿ ਉਹ ਆ ਰਿਹਾ ਉਹਦਾ اجلاس ਫੇਰ ਇਹਦੇ ਉੱਤੇ ਆਪਾਂ ਗੱਲ ਕਰਦੇ ਆਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤਾਂਗੇ ਬਲਦੇਵ ਸਿੰਘ ਸਿਰਸਾ ਜੀ ਦੇ ਨਾਲ ਕੀ ਕੁਝ ਅਸਲ ਦੇ ਵਿੱਚ ਹੋਇਆ ਕੁਸਪੈਟ ਲਫਜ਼ ਕਿਹਨੂੰ ਕਹਿੰਦੇ ਆ ਕਿਹੜੇ ਤਰੀਕੇ ਦੇ ਨਾਲ ਉਹਦੇ ਵਿੱਚ ਕੁਸਪੈਟ ਕੀਤੀ ਗਈ ਕੀ ਕੁਝ ਉਹਦੇ ਵਿੱਚ ਬਦਲ ਦਿੱਤਾ ਗਿਆ ਉਹਨਾਂ ਕਿਤਾਬਾਂ ਦੇ ਵਿੱਚ ਔਰ ਅੱਜ ਦਾ ਨਹੀਂ 1999 ਦਾ ਜ਼ਿਕਰ ਸਿਰਸਾ ਜੀ ਕਰ ਰਹੇ ਆ ਕਿ ਜਦੋਂ ਬੀਬੀ ਜਗੀਰ ਕੌਰ ਹੁਣੀ ਪ੍ਰਧਾਨ ਸਨ ਉਦੋਂ ਇਹ ਸਾਰਾ ਕੁਝ ਜਿਹੜਾ ਦੀ ਉਹ ਲਿਆਂਦਾ ਗਿਆ ਸੱਤ ਤੱਕ ਆਉਂਦਿਆਂ ਇਹ ਵੀ ਕੀ ਗਈਆਂ ਇਹ ਛਪੀ ਗਈਆਂ ਜਿਹੜਾ ਸੀਗਾ ਔਰ ਕੀ ਕੁਝ ਉਹਦੇ ਵਿੱਚ ਲਿਖਿਆ ਹੋਇਆ ਉਹਦਾ ਵੀ ਜ਼ਿਕਰ ਉਹਨਾਂ ਨੇ ਕਰਤਾ ਇਹਤੇ ਵਾਪਸ ਜਿਹੜਾ ਦੀ ਪਰਤ ਰਹੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਆਫਟਰ ਆਲ ਰਿਸਪੌਂਸਿਬਿਲਟੀ ਕੀ ਆ ਕੀ ਤਨਖਾਹ ਲੈਣ ਜਾਂਦੇ ਆ ਉਹ ਜਾਂ ਆ ਚੀਜ਼ਾਂ ਜਿਹੜੀਆਂ ਦੀ ਉਹ ਦੇਖਣੀ ਹੈ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤ ਰਹੇ ਆ ਸਵਾਗਤ ਹੈ ਜੀ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਫਾਇਰਲਾਈਨ ਦੇ ਵਿੱਚ ਬਲਦੇਵ ਸਿੰਘ ਸਿਰਤਾਰੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਜੀ ਫਾਇਰਲਾਈਨ ਦੇ ਵਿੱਚ ਔਰ ਗੱਲਬਾਤ ਅਸੀਂ ਕਰ ਰਹੇ ਆ ਜਿਹੜਾ ਛੇੜਛਾੜ ਜਿਹਨੂੰ ਇਹ ਕਿਹਾ ਜਾ ਰਿਹਾ ਛੇੜਛਾੜ ਤਾਂ ਹੁੰਦਾ ਥੋੜੀ ਜੀ ਛੇੜਛਾੜ ਕੀਤੀ ਤੇ ਸਾਈਡ ਤੇ ਹੋ ਗਿਆ ਸਾਈਡ ਤੇ ਹੋਣ ਵਾਲੀ ਗੱਲ ਨਹੀਂ ਇਹ ਤਾਂ ਵੱਡੇ ਪੱਧਰ ਦੇ ਉੱਤੇ ਕੁਸਪੈਟ ਜਿਹੜੀ ਆ ਜੀ ਉਹ ਹੋ ਚੁੱਕੀ ਹੋਈ ਆ ਕੁਸਪੈਟ ਜਦੋਂ ਹੁੰਦੀ ਆ ਕੁਸਪੈਟ ਜਿਹੜਾ ਲਫ਼ਜ਼ ਆ ਉਹ ਸਰਹੱਦਾਂ ਤੋਂ ਲਿਆ ਗਿਆ ਕਿ ਇੱਕ ਗਵਾਂਡੀ ਮੁਲਕ ਦੀਆਂ ਫੌਜਾਂ ਜਿਹੜੀਆਂ ਦੂਜੇ ਦੇ ਅੰਦਰ ਵੜ ਜਾਣੀਆਂ ਔਰ ਅੰਦਰ ਵੜ ਕੇ ਉਹਨਾਂ ਨੇ ਇਹ ਦੱਸਣਾ ਕਿ ਇੱਥੋਂ ਤੱਕ ਆ ਗਏ ਤੇ ਫਿਰ ਇੱਕ ਜਿਹੜੀ ਜੰਗ ਵੀ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਮੋਰਚੇ ਤੱਕ ਬਣਾ ਲਏ ਸੀਗੇ ਇਹ ਉਸ ਕਿਸਮ ਦੀ ਜਿਹੜੀ ਕੁਸਪੈਟ ਆ ਜੀ ਮੋਰਚੇ ਕੱਚੇ ਨਹੀਂ ਬਣੇ ਮੋਰਚੇ ਪੱਕੇ ਬਣੇ ਹੋਏ ਆ ਉਹ ਕਿਤਾਬਾਂ ਦੇ ਰੂਪ ਦੇ ਵਿੱਚ ਮੌਜੂਦ ਆ ਕੁਸਪੈਟ ਕਰਕੇ ਕਿਸ ਲੈਵਲ ਤੱਕ ਬਲਦੇਵ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਕਿਤਾਬਾਂ ਚ ਪਾ ਦਿਓ ਮੁੜ ਕੇ ਚੁੱਪ ਰਹੋ ਥੋੜਾ ਸਮਾਂ ਇਹ ਪਾਲਿਸੀ ਹੈ ਕਿ ਕੁਝ ਸਮੇਂ ਤੋਂ ਬਾਅਦ ਪੁੱਛਾਂਗੇ ਜਦੋਂ ਜਨਰੇਸ਼ਨ ਜੜੀਆਂ ਦੀ ਉਹ ਬਦਲ ਜਾਂਦੀਆਂ ਨੇ ਅੱਜ ਅਸੀਂ ਆਪਣੇ ਦਾਦਾ-ਦਾਦੀ ਤੋਂ ਸੁਣੀਆਂ ਹੋਈਆਂ ਕਹਾਣੀਆਂ ਦੇਤੇ ਯਕੀਨ ਕਰਦੇ ਹਾਂ ਕਿਉਂ ਕਿ ਉਦੋਂ ਕੋਈ ਸਬਕ ਨਹੀਂ ਸੀਗੀ ਕਿ ਗੁਰੂ ਸਾਹਿਬਾਨ ਦਾ ਬਲੀਦਾਨ ਜੜਾ ਦੀ ਉਹ ਕਿਉਂ ਹੋਇਆ ਕਿਵੇਂ ਉਹਨਾਂ ਨੇ ਇਹ ਜੰਗਾਂ ਜੜੀਆਂ ਸੀ ਉਹ ਲੜੀਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕੀ ਹੈ ਕਿਵੇਂ ਉਹਨੇ ਆ ਕੇ ਇੱਥੇ ਜੜੀਆਂ ਜੰਗਾਂ ਲੜੀਆਂ ਪਰ ਜਿਸ ਕਿਸਮ ਦੀ ਇਹ ਕੋਈ ਸਬਕ ਹੋਈ ਆ ਹੋ ਸਕਦਾ ਹੈ ਕਿ ਸਾਡੇ ਇਹ ਜਿਹੜੇ ਅੰਗ ਸੰਗ ਹੀਰੋ ਨੇ ਇਹ ਅਤਵਾਦੀ ਗਿਰਦਾਨ ਦਿੱਤੇ ਜਾਣ ਜਾਂ ਉਹਨਾਂ ਦਾ 네ਗੇਟਿਵ ਜਿਹੜਾ ਦੀ ਪੱਖ ਇੰਨਾ ਕੁ ਦਿਖਾ ਦਿੱਤਾ ਜਾਵੇ ਵੀ ਇਹ ਤਾਂ ਨਿੱਜੀ ਲੜਾਈਆਂ ਲੜਨ ਵਾਲੇ ਜਿਹੜਾ ਦੀ ਉਹ ਲੋਕ ਸਨ ਅਦਰਵਾਈਜ਼ ਮੈਂ ਕਈ ਵਾਰੀ ਕਹਿੰਨਾ ਕਿ ਜਿਹੜੇ ਗੁਰਨਾਨਕ ਸਾਹਿਬ ਨੇ ਜਿਸ ਪਰਿਵਾਰ ਨੂੰ ਬਿਲੋਂਗ ਕਰਦੇ ਸਨ 20 ਰੁਪਏ ਅੱਜ ਉਸ ਟਾਈਮ ਦੇ ਉੱਤੇ ਉਹ ਕਿੰਨੀ ਇੱਕ ਵੱਡੀ ਰਕਮ ਸੀਗੀ ਜਾਂ 10ਵੇਂ ਪਾਤਸ਼ਾਹ ਨੂੰ ਪਰਿਵਾਰ ਜਿਹੜਾ ਸੀ ਉਹ ਵਾਰਨ ਦੀ ਜ਼ਰੂਰਤ ਕਿਉਂ ਪੈ ਗਈ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਕੋਈ ਜ਼ਮੀਨਾ ਮੰਡੜੀਆਂ ਸੀਗੀਆਂ ਵੀ ਗਰਦੌਰੀ ਕਿਸੇ ਹੋਰ ਦੇ ਨਾਂ ਕਰਾਉਣੀ ਸੀਗੀ ਜਿਹੜੇ ਲੋਕ ਜ਼ੁਲਮ ਦੇ ਖਿਲਾਫ ਲੜੇ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਜੇ ਇੱਥੇ ਜਿਹੜਾ ਇਤਿਹਾਸ ਹੈ ਜਿਹੜਾ ਖਾਸ ਤੌਰ ਦੇ ਤੇ ਪੜਾਇਆ ਜਾਣਾ ਸਿਲੇਬਸ ਦੇ ਰੂਪ ਦੇ ਵਿੱਚ ਉਹਦੀ ਤਕੜੀ ਵਿਰੋਧਤਾ ਹੋਣੀ ਚਾਹੀਦੀ ਹੈ ਇਹ ਜੇ ਅੱਜ ਨਾ ਬੋਲੇ ਤਾਂ ਆਉਣ ਵਾਲਾ ਸਮਾਂ ਸਾਨੂੰ ਵੀ ਮਾਫ਼ ਨਹੀਂ ਕਰੂਗਾ ਜੀ ਪਰ ਇਹਨਾ ਜ਼ਰੂਰ ਹੈ ਕਿ ਉਹਦੇ ਉੱਤੇ ਸਿਆਸਤ ਜਿਸ ਕਿਸਮ ਦੀ ਹੋ ਰਹੀ ਹੈ ਜਿਹੜੇ ਸਿਆਸਤ ਕਰ ਰਹੇ ਆ ਉਹ ਇਹਦੇ ਵਿੱਚ ਕਿੰਨੇ ਇਨਵੋਲਡ ਨੇ ਸਿੱਖ ਇਤਿਹਾਸ ਦੇ ਵਾਸਤੇ ਇਹ ਅੱਜ ਦਾ ਮਕਸਦ ਸੀਗਾ ਬਲਦੇਵ ਸਿੰਘ ਸਰਸਾ ਜੀ ਨੂੰ ਜਿਹੜਾ ਜੀ ਉਸ ਸਦਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆਪਾਂ ਗੱਲ ਜਿਹੜੀ ਜੀ ਉਹ ਕਰ ਰਹੇ ਸੀਗੇ ਮੈਂ ਉੱਥੇ ਤੁਹਾਨੂੰ ਜਿਹੜਾ ਜੀ ਉਹ ਲਿਖਣਾ ਚਾਹਣਾ ਆਫਟਰ ਆਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਪ੍ਰਧਾਨ ਬਣ ਗਿਆ ਸੈਕਟਰੀ ਬਣ ਗਿਆ ਕੋਈ 5 ਲੱਖ ਤੇ ਰੱਖ ਲਿਆ ਉਹ ਬਾਅਦ ਦੀਆਂ ਗੱਲਾਂ ਨੇ ਜਿਹੜੇ ਆਮ ਮੈਂਬਰ ਨੇ ਕੋਈ ਉਹਨਾਂ ਦੀ ਸਰਸਾ ਦੀ ਕੋਈ ਡਿਊਟੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਦੇਖਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀ ਹੋ ਰਿਹਾ ਜਾਂ ਉਹ ਸਿਰਫ ਇਜਲਾਸ ਦੇ ਵਾਸਤੇ ਇੱਕ ਦਿਨ ਸੱਦੇ ਜਾਂਦੇ ਆ ਵੀ ਲਫਾਫਾ ਹੋਣਾ ਤੇ ਤੁਸੀਂ ਬੋਲੇ ਸੋਨੇ ਹਾਲ ਤੇ ਸਤਿ ਸ੍ਰੀ ਅਕਾਲ ਦਾ ਜ਼ਿਕਰਾ ਲਾ ਕੇ ਚਲੇ ਜਾਣਾ ਜੀ ਕੋਈ ਡਿਊਟੀ ਉਹਨਾਂ ਦੀ ਹੈਗੀ ਆ ਬਸ ਪੰਨੂ ਸਾਹਿਬ ਜਿਹੜੀ ਡਿਊਟੀ ਦੀ ਗੱਲ ਹੈ ਨਾ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਥੋੜਾ ਜਿਆਦਾ ਤੁਹਾਨੂੰ ਪਿੱਛੇ ਲੈ ਕੇ ਜਾਵਾਂਗਾ ਵੀ ਇਹ ਹੋਂਦ 'ਚ ਕਿਉਂ ਆਈ ਜੀ ਤੁਹਾਡਾ ਇਤਿਹਾਸਿਕ ਕੌਮ ਦਾ ਇੱਕ ਇਤਿਹਾਸ ਹੈ ਸ਼ਾਨਾਮਤਾ ਇਤਿਹਾਸ ਕਿ ਜਿਹੜੇ ਮਸੰਦ ਸਨ ਉਹ ਕੌਣ ਸਨ ਉਹ ਲੋਕ ਸਨ ਜਿਹੜੂ ਤੀਸਰੇ ਤੇ ਚੌਥੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਤੇ ਮੱਝੀਆਂ ਦਿੱਤੀਆਂ ਤੇ ਪ੍ਰਚਾਰਕ ਥਾਪੇ ਸੀ ਜੋ ਦੂਰ ਦਰਾਡੇ ਤੇ ਸਿੱਖ ਸੰਗਤਾਂ ਤੋਂ ਆਉਣ ਜਾਣ ਦੇ ਸਾਧਨ ਨਹੀਂ ਸਨ ਤੇ ਉਹ ਉਹਨਾਂ ਤੱਕ ਪ੍ਰਚਾਰ ਵੀ ਕਰਦੇ ਸਿੱਕੇ ਦਾ ਤੇ ਜਿਹੜਾ ਕੋਈ ਤਿਲ ਫੁੱਲ ਭੇਟਾ ਕਰਦਾ ਸੀ ਗੁਰੂ ਤੱਕ ਪਹੁੰਚਾਉਂਦੇ ਸੀ ਜਦੋਂ ਉਹਨਾਂ ਨੇ ਮਾਰਾਇਆ ਕੀਤੀਆਂ ਗੁਰੂ ਗੋਬਿੰਦ ਸਿੰਘ ਤੱਕ ਜਦੋਂ ਸ਼ਿਕਾਇਤਾਂ ਮਿਲੀਆਂ ਵੀ ਇਹ ਆ ਕੁਛ ਕਰ ਰਹੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਅਸੀਂ ਤੇਲ ਦੇਖਣਾ ਹੈ ਚ ਸਾੜਿਆ ਗਿਆ ਇਤਿਹਾਸ ਮਸਾ ਰੰਗੜਾ ਉਹਨੇ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ ਉਹਦਾ ਸਿਰ ਵੱਢ ਕੇ ਲਿਆ ਉਸ ਤੋਂ ਬਾਅਦ ਮਹੰਤ ਆਏ ਉਹਨਾਂ ਗੁਰੂ ਘਰਾਂ 'ਚ ਮਾੜੇ ਕੰਮ ਕੀਤੇ ਤਾਂ ਸਾਡੀ ਵੱਡ-ਵੱਡੇ ਰਹਿਣੇ ਭਾਈ ਲక్ష్ਮਨ ਸਿੰਘ ਧਾਰੋਵਾਲੀ ਵਰਗਿਆਂ ਨੇ ਉਹ ਜਿਹੜਾ ਸੀ ਸ਼ਹਾਤਾਂ ਦੇ ਕੇ ਗੁਰੂ ਘਰ ਆਜ਼ਾਦ ਕਰਾਈ ਤੇ ਇਹ ਸ਼੍ਰੋਮਣੀ ਕਮੇਟੀ ਹੋਂਦ ਚਾਈ ਇਹ ਸ਼੍ਰੋਮਣੀ ਦੀ ਕਮੇਟੀ ਦੀ ਜ਼ਿੰਮੇਵਾਰੀ ਕੀ ਸੀ ਜ਼ਿੰਮੇਵਾਰੀ ਇਹ ਸੀ ਕਿ ਇਹ ਜਿਹੜਾ ਗੁਰੂ ਕੀ ਗੋਲਕ ਹੈ ਤਿਲ ਫੁੱਲ ਭੇਟਾ ਗੁਰੂ ਨੂੰ ਜੋ ਕੋ ਅਰਪਣ ਕਰਦੇ ਨੇ ਸਿੱਖ ਸਰਦਾ ਭਾਵਨਾ ਨਾਲ ਉਹਦੀ ਇਹਨਾਂ ਨੇ ਜਿਹੜੀ ਸੀ ਉਹਦੀ ਚੰਗੇ ਥਾਂ ਤੇ ਵਰਤੋਂ ਕਰਨੀ ਸੀ ਤੇ ਸੇਵਾ ਸੰਭਾਲ ਕਰਨੀ ਸੀ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ ਤੇ ਇਹ ਸ਼੍ਰੋਮਣੀ ਕਮੇਟੀ ਲੋਕ ਆਪਣੇ ਨੁਮਾਇੰਦੇ ਚੁਣਦੇ ਸਨ ਵੋਟਰਾਂ ਤੇ ਇਹਨਾਂ ਦੀ ਇਹ ਜ਼ਿੰਮੇਵਾਰੀ ਸੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਈ ਭਜਾਏ ਅੱਜ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਵੱਲੇ ਲਪਾਪਾ ਆ ਤੇ ਉਹ ਇੱਕ ਸਾਲ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ 13 ਤਰੀਕ ਨੂੰ ਜਰਨਲ ਜਲਾਸ ਹੋ ਰਿਹਾ ਉਹਦੇ ਵਿੱਚ ਉਥੇ ਜਿਹੜੇ ਬਾਦਲ ਦੇ ਕੋ ਜੁੜਾ ਲਪਾਪਾ ਚ ਪ੍ਰਧਾਨ ਨਿਕਲੇਗਾ ਅਸੈਕਟ ਮੈਂਬਰ ਦੂਜੇ ਤੀਜੇ ਉਹ ਸਾਰਿਆਂ ਦੇ ਉੱਤੇ ਜਕਾਰੇ ਛੱਡ ਦੇਣਾ ਤੇ ਘਰਾਂ ਨੂੰ ਆ ਜਾਣਾ ਉਥੇ ਕੀਰ ਪੜਾ ਪ੍ਰਸ਼ਾਦ ਉੱਤੇ ਬਣਿਆ ਮਨਸੋਨੇ ਪ੍ਰਦਾਰਥ ਬਣੇ ਨੇ ਉਹ ਛੱਕ ਕੇ ਆਇਨਾ ਟੀਐਡੀਏ ਮਿਲ ਜਾਣਾ ਤੇ ਉਹ ਲੈ ਕੇ ਇਹਨਾਂ ਨੇ ਘਰਾਂ ਨੂੰ ਆ ਜਾਣਾ ਤੇ ਇਹਨਾਂ ਦਾ ਕੰਮ ਤੇ ਇੱਥੋਂ ਹੀ ਰਹਿ ਗਿਆ ਹਰਦੇਵ ਸਿੰਘ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਸੀ ਜਦੋਂ ਤੋਂ ਆ ਜਿਆਦਾ ਜਿਹੜੀ ਗੜਬੜ ਸ਼ੁਰੂ ਹੋਈ ਆ ਤੇ ਉਹਨਾਂ ਨੂੰ ਬਾਦਲ ਪਰਿਵਾਰ ਦੇ ਘਰ ਚ ਜਿਹੜਾ ਦੀ ਉਹ ਸੱਦਿਆ ਗਿਆ ਸੀਗਾ ਤੇ ਉਹ ਬੜੇ ਖੁਸ਼ ਸੀ ਇਸ ਗੱਲੋਂ ਵੀ ਅਸੀਂ ਪਹਿਲੀ ਵਾਰੀ ਡਾਈਨਿੰਗ ਏਰੀਆ ਉਹਨਾਂ ਦਾ ਦੇਖਿਆ ਕਹਿੰਦੇ ਪਰੌਂਠੇ ਬੜੇ ਵਧੀਆ ਬਣਾਏ ਸੀ ਇਥੋਂ ਤੱਕ ਸੀਮਤ ਆ ਮੇਰਾ ਸਵਾਲ ਫੇਰ ਇਹ ਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤਾਂ ਓਵਰਆਲ ਹੋਗੀ ਨਾ ਇੱਕ ਬਾਡੀ ਜਿਹੜੀ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਦਾ ਵੀ ਕੋਈ ਰੋਲ ਹੈ ਪਨੂ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਆ ਕਿ ਜਿਹੜੇ ਮੈਂਬਰ ਨੇ ਲੋਕ ਚੁਣੇ ਕੋ ਜਾਂਦੇ ਤੇ ਇਹਨਾਂ ਦੀ ਜ਼ਿੰਮੇਵਾਰੀ ਕੀਤੀ ਸੀ ਹਾਂ ਉਹ ਤਾਂ ਹੋ ਗਿਆ ਜੀ ਹਾਂਜੀ ਪਰ ਇਹਨਾਂ ਦੀ ਅੱਗੇ ਜ਼ਿੰਮੇਵਾਰੀ ਇਹ ਸੀ ਕਿ ਸਾਰਾ ਉਹ ਕਰਨਾ ਪਰ ਅੱਜ ਇਹ ਕੀ ਕਰ ਰਹੇ ਨੇ ਇਹਨਾਂ ਨੇ ਜਿਹੜਾ ਪਿੰਡਾਂ ਤੇ ਤੱਕ ਜਿਹੜੇ ਇਹਨਾਂ ਦੇ ਆਪਣੇ ਇਲਾਕੇ ਸੀ ਉਹਨਾਂ ਚ ਸਿੱਖੀ ਪ੍ਰਚਾਰ ਕਰਨਾ ਸੀ ਗੁਰਦਵਾਰੇ ਸੇਵਾ ਸੁਭਾ ਉਹ ਤਾਂ ਖਤਮ ਹੋ ਗਿਆ ਉਹ ਤਾਂ ਖਤਮ ਹੋ ਗਿਆ ਜੇਕਰ ਇਹਨਾਂ ਨੇ ਕੀਤਾ ਹੁੰਦਾ ਤੇ ਆਹ ਜਿਹੜੀ ਕਿਤਾਬ 1999 ਚ ਛਪੀ ਆ ਚਲੋ ਮੰਨ ਲਓ ਕਿ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਲੱਗਾ ਖਰੜਾ ਦਿੱਤਾ ਜਾਂਦਾ ਸਭ ਕੁਝ ਹੁੰਦਾ ਜੀ ਖੜਾ ਵਿਦਵਾਨ ਇੱਕ ਸਕਾਲਰ ਨੇ ਇਹਦੇ ਵਿੱਚ ਰੱਖੇ ਜਾਂਦੇ ਆ ਉਹਦੇ ਵਿੱਚ ਬਕਾਇਦਾ ਇਹਨਾਂ ਨੇ ਮਤਿਆਂ ਦੇ ਵਿੱਚ ਪਾਇਆ ਇਹ ਸਾਰੇ ਕੀਤੇ ਨੇ ਜਿਹੜੇ ਇਹਨਾਂ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਤਾਂ ਪੜਦਾ ਕੋਈ ਨਹੀਂ 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 ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਹਮ 11 ਅਗਸਤ 2018 ਦੇ ਵਿੱਚ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਇਹਨਾਂ ਕਿਤਾਬਾਂ ਦੇ ਸਬੰਧ ਵਿੱਚ ਉਹ ਕਹਿੰਦੇ ਨੇ ਕਿ ਇਹ ਕਿਤਾਬਾਂ ਜਿਹੜੀਆਂ ਸੀ ਸ਼੍ਰੋਮਣੀ ਕਮੇਟੀ ਨੇ ਬੜੇ ਵਿਦਵਾਨ ਰੱਖੇ ਨੇ ਸਕਾਲਰ ਰੱਖੇ ਨੇ ਪਰ ਉਹ ਫਿਰ ਵੀ ਕਿਸੇ ਕਾਰਨ ਜਿਹੜਾ ਸੀ ਉਹ ਕਿਤਾਬ ਜਿਹੜੀ ਆ ਛਪਗੀਆਂ ਗੁਰਬਖਸ਼ ਪਾਤਸ਼ਾਹ ਦੀ 6ਵੀਂ ਤੇ ਸਿੱਖ ਇਤਿਹਾਸ ਦੀ ਇਹ ਛਪਗੀਆਂ ਤੇ ਅਸੀਂ ਵਾਪਸ ਲੈ ਲੀਆਂ ਨੇ ਲੇਕਿਨ ਕੁਝ ਆਦਮੀ ਅਜੇ ਵੀ ਜਿਹੜੇ ਨੇ ਇਹਨਾਂ ਕਿਤਾਬਾਂ ਦੇ ਉੱਤੇ ਰੌਲਾ ਪਾ ਰਹੇ ਨੇ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰ ਰਹੇ ਨੇ ਉਹ ਜਾਂ ਤਾਂ ਚੁੱਪ ਕਰ ਜਾਣ ਤੇ ਨਹੀਂ ਤੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਹੁਣ ਇੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜੇ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਜੇ ਮੰਨ ਲਓ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਲੱਗਾ ਖਾੜਣਾ ਵੀ ਨਹੀਂ ਪੜਾਇਆ ਗਿਆ ਗੁਪਤ ਤਰੀਕੇ ਦੇ ਨਾਲ ਇਹ ਕਿਤਾਬ ਪਵਿੱਜ ਹੋ ਗਈ ਪਹਿਲਾਂ ਨਹੀਂ ਪਤਾ ਲੱਗਾ ਲੇਕਿਨ 2007 ਚ ਜਦੋਂ ਇਹ ਕਿਤਾਬ ਲੱਭਣ ਦੀ ਗੱਲ ਹੋਈ ਔਰ ਇੱਕ ਮੈਂਬਰ ਨੇ ਜਰਨਲ ਅਜਲਾਸ ਦੇ ਵਿੱਚ ਇਹ ਗੱਲ ਵੀ ਉਠਾਈ ਸੀ ਮੈਂ ਉਹਦਾ ਨਾਂ ਲੈਣ ਤੋਂ ਵੀ ਗਰੇਜ ਨਹੀਂ ਕਰਾਂਗਾ ਹਮ ਸਰਦਾਰ ਹਰਦੀਪ ਸਿੰਘ ਨੇ ਮੁਹਾਲੀ ਤੋਂ ਹਮ ਜੀ ਉਹਨਾਂ ਨੇ ਜਰਨਲਿਸਟ ਲਾਸ ਵਿੱਚ ਕੁਝ ਸਾਲ ਪਹਿਲਾਂ ਇਹ ਆਵਾਜ਼ ਠਾਈ ਕਿ ਆਹ ਕਿਤਾਬ ਜਿਹੜੀ ਆ ਇਹ ਛਪੀ ਹੈ ਇੱਕ ਹਿੰਦੀ ਦੀ ਤੇ ਉੱਥੇ ਸਾਨੂੰ ਐ ਚਣ ਲਿਆ ਉਹ ਇੱਕੀ ਵਾਰ ਬਸ ਬੋਲਿਆ ਉਸ ਤੋਂ ਬਾਅਦ ਉਹ ਵੀ ਚੁੱਪ ਕਰ ਗਿਆ ਫਿਰ ਉਸ ਤੋਂ ਬਾਅਦ ਮੈਨੂੰ ਮਿਲਿਆ ਵੀ ਹਾਂ ਲੇਕਿਨ ਉਹਨੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਣੀ ਜ਼ਿੰਮੇਵਾਰੀ ਪ੍ਰਤੀ ਵਫਾਦਾਰ ਹੁੰਦੇ ਗੁਰੂ ਨੂੰ ਵਫਾ ਮਤਲਬ ਗੁਰੂ ਨੂੰ ਪ੍ਰਣਾਇ ਹੁੰਦੇ ਗੁਰੂ ਦੀ ਸੋਚ ਨੂੰ ਤੇ ਸਿੱਖ ਕੌਮ ਨੂੰ ਹੁੰਦੇ ਜਵਾਬ ਦੇ ਤਾਂ ਫਿਰ ਐਸ ਕਿਤਾਬ ਤੇ ਜਦੋਂ ਮੈਂ ਕੇਸ ਕਰਤਾ ਸੀ ਤੇ ਇਹ ਕਿਤਾਬ ਸ਼ਰਮਣੀ ਕਮੇਟੀ ਨੂੰ ਉੱਥੇ ਜਰਨਲਿਸਟ ਨਾਲਸ ਗੱਲ ਕਰਦੇ ਪ੍ਰਧਾਨ ਨਾਲ ਗੱਲ ਕਰਦੇ ਕਿ ਉਹ ਕੌਣ ਹੈ ਜਿਹੜੀ ਆ ਕਿਰਪਾਲ ਸਿੰਘ ਦੇ ਅੰਦਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਕੋਲੋਂ ਪੁੱਛਦੇ ਵੀ ਅੱਗੇ ਕਮੇਟੀ ਬਣੀ ਆ ਉਹ ਕੌਣ ਆਦਮੀ ਆ ਕਿਹੜੀ ਕਾਲੇ ਮੋਹ ਵਾਲੀ ਭੇਡ ਆ ਸ਼ਰਮਣੀ ਕਮੇਟੀ ਦੇ ਵਿੱਚ ਬੈਠੀ ਜਿਹਨੇ ਏਡੀ ਵੱਡੀ ਇਹ ਮਤਲਬ ਕਿ ਕਿਤਾਬ ਜਿਹੜੀ ਆ ਗੁਰੂ ਸਾਹਿਬਾਂ ਦੇ ਖਿਲਾਫ ਲਿਖਾਤੀ ਆ ਇੱਕ ਨਹੀਂ ਇਹ ਸਿੱਖ ਇਤਿਹਾਸ ਹਿੰਦੀ ਇਹ ਗੁਰਬਖਸ਼ ਪਾਤਸ਼ਾਹ ਛੇਵੀ ਇਹ ਜੁਗਿੰਦਰ ਸਿੰਘ ਵਿਦਾਂਤੀ ਰੌਣੀ ਇਹ ਵੇਖੋ ਤੁਸੀਂ ਅਬ ਜੀ ਜੀ ਹਾਂ ਇਹ ਗੁਰਬਖਸ਼ ਪਾਤਸ਼ਾਹ ਛੇਵੀ ਆ ਜੋ ਕਿ 1998 ਚ ਪਬਲਿਸ਼ ਹੋਈ ਆ ਇਹ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਤੇ ਇੱਕ ਅਮਰਜੀਤ ਸਿੰਘ ਡਾਕਟਰ ਪ੍ਰੋਫੈਸਰ ਨੇ ਜਿਨ੍ਹਾਂ ਨੇ ਇਹਦੀ ਸੰਪਾਦਨਾ ਕੀਤੀ ਆ ਪੰਨੂ ਸਾਹਿਬ ਇਹਦਾ ਰਾਈਟਰ ਕੋਈ ਨਹੀਂ ਜੇ ਜਿਵੇਂ ਉਹ ਤਾਂ ਹੀ ਨਾ ਨਾ ਰਾਈਟਰ ਹੈ ਤੇ ਨਾ ਅਨੁਵਾਦਕ ਹੈ ਇਸੇ ਤਰ੍ਹਾਂ ਨਾਇ ਦਾ ਇਹਦਾ ਅਨੁਵਾਦਕ ਰਾਈਟਰ ਕੋਈ ਨਹੀਂ ਉਹ ਗੈਸ ਲਾਉਂਦੇ ਨੇ ਵੀ ਇਹ ਫਲਾਣਾ ਰਾਈਟਰ ਹੋ ਸਕਦਾ ਫਲਾਣਾ ਰਾਈਟਰ ਹੋ ਸਕਦਾ ਪਬਲਿਕ ਸ੍ਰੋਮਣੀ ਕਮੇਟੀ ਕਰਦੀ ਆ ਇਹਦੇ ਵਿੱਚ ਉਹ 2 ਪੁਆਇੰਟ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਕਿਉਂਕਿ ਗੱਲ ਮੈਂਬਰਾਂ ਦੀ ਚੱਲ ਰਹੀ ਆ ਵੀ ਮੈਂਬਰਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਜਦੋਂ ਇਹ ਉਸ ਵਕਤ ਦੀ ਗੱਲ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਧਾਇ ਨੰਬਰ 1 ਹੂੰ 15 ਨੰਬਰ 16 ਤੇ ਲਿਖਿਆ ਹੈ ਕਿ ਜਿਸ ਵਕਤ ਮਾਤਾ ਗੰਗਾਜੀ ਦੂਸਰੀ ਵਾਰ ਪੁੱਤਰ ਪ੍ਰਾਤੀ ਦੇ ਵਰ ਵਾਸਤੇ ਗਏ ਤੇ ਬਾਬਾ ਜੀ ਬੁੱਢਾ ਜੀ ਨੇ ਵਰ ਦਿੱਤਾ ਤੇ ਉਸੇ ਵੇਲੇ ਮਾਤਾ ਜੀ ਦਾ ਪੇਟ ਗਦਰ ਜਿਹੜਾ ਸੀ ਉਹ ਗਰਭਤੀ ਔਰਤ ਬਰਗਾ ਉਹ ਕਿ ਇਹ ਪੋਸਿਬਲ ਨਹੀਂ ਨਹੀਂ ਹੈ ਬਿਲਕੁਲ ਬਿਲਕੁਲ ਏਡਾ ਵੱਡਾ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਅਨਰਥ ਇਹਨੂੰ ਕੋਈ ਹੋਰ ਇਤਿਹਾਸ ਨਹੀਂ ਆਗਾ ਤੇ ਫਿਰ ਇਸ ਤਰ੍ਹਾਂ ਉਸ ਵਕਤ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਕਿ ਗੁਰੂ ਹਰਗੋਬਿੰਦ ਪਾਸ਼ਾ ਦਾ ਜਿਹੜਾ ਉਹ ਦਲਬਾਰ ਦਰਬਾਰ ਲਾਹੌਰ ਦੇ ਵਿੱਚ ਲੱਗਿਆ ਹੋਇਆ ਹੈ ਇਹ ਤੁਸੀਂ ਵੇਖ ਸਕਦੇ ਜੇ ਤੇ ਵੀ ਉਹ ਕਾਜੀ ਦੇ ਘਰ ਦੇ ਕੋਲ ਗੁਰੂ ਸਾਹਿਬ ਦਾ ਦਰਬਾਰ ਲੱਗਿਆ ਹੋਇਆ ਕਾਜੀ ਦੀ ਬੇਟੀ ਜਿਹੜੀ ਕੌਲਾ ਹੈ ਇਹ ਬਾਰੀ ਖੋਲ ਕੇ ਤੇ ਬਾਰੀ 'ਚ ਬੈਠੀ ਹੈ ਗੁਰੂ ਸਾਹਿਬ ਉਹਨੂੰ ਸੁਬਦ ਨੂੰ ਹੋ ਕੇ ਕਹਿੰਦੇ ਨੇ ਕਿ ਕੌਲਾ ਇਧਰ ਸਿੱਖ ਸਿੱਖ ਬੈਠੇ ਨੇ ਪਰਮੇਸ਼ਰ ਦਾ ਗੁਣਗਾਨ ਹੋ ਰਿਹਾ ਹੈ ਲੇਕਿਨ ਤੇਰੀ ਸੂਰਤਾਂ ਦੇ ਵੇਖ ਕੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ ਤੇ ਤੂੰ ਬਾਰੀ ਬੰਦ ਕਰ ਲੈ ਉਹ ਗੁਰੂ ਕੀ ਸੀ ਤੇ ਫਿਰ ਸਿੱਖ ਕੀ ਸੀ ਔਰ ਇਹ ਜੱਜਦਾਰ ਰਹੇ ਨੇ ਸੰਪਾਦਿਤ ਕਰਨ ਵਾਲੇ ਆਕਾਲ ਤਖਤ ਦੇ ਜੀ ਕੌਮ ਦੇ ਪ੍ਰਯਾਰ ਇਹਨਾਂ ਨੇ ਲੋਕਾਂ ਨੂੰ ਸੇਧ ਦੇਣੀ ਔਰ ਸ਼੍ਰੋਮਣੀ ਕਮੇਟੀ ਪਬਲਿਸ਼ ਕਰਦੀ ਆ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਣੇ ਅਹੁਦੇ ਦੇ ਪ੍ਰਤੀ ਵਫਾਦਾਰ ਹੁੰਦੇ ਇਹ ਜੜੀਆਂ ਕਿਤਾਬਾਂ ਪਬਲਿਸ਼ ਹੋਈਆਂ ਇਹ ਹੀ ਨਹੀਂ ਆ ਵੇਖੋ ਆ ਤੀਸਰੀ ਹੋਰ ਵੇਖੋ ਜੀ ਇੱਕ ਗੁਰਮਤ ਪ੍ਰਕਾਸ਼ ਮੈਗਜ਼ੀਨ ਇਹ ਦਸੰਬਰ 2013 ਚ ਮੱਕੜ ਦੇ ਟਾਈਮ ਤੇ ਜਿਹੜਾ ਜੇ ਇਹ ਪਬਲਿਸ਼ ਹੋਇਆ ਹੈ ਤੇ ਇਹ ਚਾਰੋਂ ਸਾਬ ਜਦਾਂ ਦੀ ਕੇਸਾਂ ਦੀ ਕਟਕ ਤੇ ਸਿਰ ਤੇ ਟੋਪੀਆਂ ਹਾਂ ਵਾਲ ਕੱਟੇ ਹੋਇਆ ਟੋਪੀਆਂ ਲਗੀਆਂ ਟੋਪੀਆਂ ਲਕੀਆਂ ਨੇ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਹੈ ਇਹ ਗੁਰੂ ਕੀ ਗੋਲਕ ਦੇ ਨਾਲ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਤੇ ਮੈਂਬਰ ਜਿਹੜੇ ਨੇ ਸੁੱਤੇ ਹੋਏ ਨੇ ਮੇਰੇ ਵੱਲੋਂ ਜੇ ਇਹਨਾਂ ਨੂੰ ਉਤਰਾ ਨਹੀਂ ਪਤਾ ਲੱਗਿਆ ਮੇਰੇ ਵੱਲੋਂ ਦੱਸਣ ਤੋਂ ਬਾਅਦ ਪਤਾ ਲੱਗਿਆ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੱਜ ਤੱਕ ਜਨਰਲ ਅਸ ਵਿੱਚ ਜਾਂ ਉਸ ਤਰ੍ਹਾਂ ਪ੍ਰਧਾਨ ਤੱਕ ਮਿਲ ਕੇ ਕਿਉਂ ਨਹੀਂ ਗੱਲ ਕੀਤੀ ਕਿਉਂ ਨਹੀਂ ਇਹ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ 'ਚ ਗੱਲ ਠਾਈ ਐਗਜ਼ੀਕਟਿਵ ਕਿਸੇ ਮੈਂਬਰ ਨੇ ਕਿਸੇ ਆਮ ਮੈਂਬਰ ਨੇ ਕਿਉਂ ਨਹੀਂ ਠਾਈ ਨਹੀਂ ਇਹ ਉਹੀ ਗੱਲ ਆ ਗਈ ਜੀ ਕਿਸੇ ਇੱਕ ਪ੍ਰਧਾਨ ਦੀ ਜਾਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਆ ਇਹ ਓਵਰਆਲ ਸਭ ਦੀ ਰਿਸਪੌਂਸਿਬਿਲਟੀ ਜਿਹੜੀ ਉਹ ਵੱਢਦੀ ਸੀਗੀ ਸਾਰਿਆਂ ਦੀ ਜ਼ਿੰਮੇਵਾਰੀ ਵੱਢਦੀ ਸੀ ਜ਼ਿੰਮੇਵਾਰੀ ਤੋਂ ਇਹ ਸਾਰੇ ਭਗੋੜੇ ਹੋਏ ਆ ਹੁਣ ਅੱਗੋਂ ਜਿਹੜਾ ਜੀ ਉਹ ਕੀ ਹੋ ਸਕਦਾ ਕਿਉਂਕਿ ਗੱਲ ਇਹ ਸਾਰੀ ਹੋ ਗਈ ਆਪਾਂ ਉੱਥੇ ਆਉਨੇ ਆ ਜੀ ਉਸ ਪਾਸੇ ਵੱਲ ਆਉਨੇ ਆ ਕਿ ਅੱਗੋਂ ਕੋਈ ਆਸ ਦੀ ਕਿਰਨ ਜਿਹੜੀ ਆ ਜੀ ਉਹ ਦਿਸਦੀ ਹੈ ਕੀ ਹੋਵੇ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਈਚਾਰਾ ਉਹ ਕੀ ਇਹਦੇ ਉੱਤੇ ਰੋਲ ਜਿਹੜਾ ਜੀ ਉਹ ਨਿਭਾ ਸਕਦਾ ਹੈ ਇਹ ਆ ਜਿਹੜੇ ਬਲਦੇਵ ਸਿੰਘ ਜੀ ਨੇ ਉਹਨਾਂ ਨੇ ਇੱਕ ਸਵਾਲ ਉਠਾਇਆ ਕਿ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਜਿਹੜਾ ਜੀ ਉਹ ਲੱਗਿਆ ਸੀਗਾ ਕਿ ਇਹਨਾਂ ਇਹਨਾਂ ਕਿਤਾਬਾਂ ਦੇ ਬਾਰੇ ਜਾਂਦਾ ਜ਼ਬਾਨ ਬੰਦ ਕਰ ਲਓ ਇੱਕ ਧਮਕੀ ਹੈ। ਉਹੀ ਅਖਬਾਰ ਜਿਹੜੀ ਅ디 ਉਹ ਜਦੋਂ ਸਰਸੇ ਵਾਲੇ ਦਾ ਕਾਂਡ ਹੁੰਦਾ ਉਹ ਇਸ਼ਤਿਹਾਰ ਵੀ ਉਹੀ ਅਖਬਾਰ ਜਿਹੜੀ ਦੀ ਉਹ ਲਾਉਂਦੀ ਹੈ। ਇੱਕੋ ਹੀ ਅਖਬਾਰ ਆ ਚਾਹੇ ਉਧਰਲਾ ਇਸ਼ਤਿਹਾਰ ਆ ਚਾਹੇ ਇਧਰਲਾ ਜਿਹੜਾ ਦੀ ਉਹ ਇਸ਼ਤਿਹਾਰ ਹੈ ਇਹ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਤਾਣਾ ਬਾਣਾ ਕਿਵੇਂ ਜਿਹੜਾ ਜੀ ਉਹ ਬਣਿਆ ਹੋਇਆ ਹੈ। ਇੱਕ ਛੋਟੀ ਜਿਹੀ ਬ੍ਰੇਕ ਉਸ ਤੋਂ ਬਾਅਦ ਵਾਪਸ ਪਰਤਾਂਗੇ। ਸਵਾਗਤ ਹੈ ਜੀ ਕੁਰੀ ਫੇਰ ਤੁਹਾਡਾ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ ਔਰ ਲਾਸਟ ਸੈਗਮੈਂਟ ਵੱਲ ਨੂੰ ਅਸੀਂ ਜਿਹੜਾ ਉਹ ਵੱਧ ਰਹੇ ਆ ਔਰ ਜਾਣਾਂਗੇ ਬਲਦੇਵ ਸਿੰਘ ਸਰਸਾ ਜੀ ਤੋਂ ਕਿ ਕੁਝ ਜਿਹੜੀ ਆਸ ਦੀ ਕਿਰਨ ਹੈ ਉਹ ਕਿਉਂਕਿ ਇਸ ਤਰ੍ਹਾਂ ਨਹੀਂ ਹੈ ਮੈਂ ਇੱਕਦੀ ਵੀ ਜਿਹੜਾ ਜੀ ਮੰਦਾ ਕਿ ਇੰਪੋਸੀਬਲ ਹੈ ਚੇਂजेस ਜਿਹੜੀਆਂ ਦੇ ਉਹ ਆਉਂਦੀਆਂ ਨੇ ਇਹਦੇ ਵਿੱਚੋਂ ਵੀ ਉਹ ਲੱਗਦਾ ਕਿ ਕੁਝ ਬਹੁਤ ਕੁਝ ਪੋਜ਼ਿਟਿਵ ਜਿਹੜਾ ਦੀ ਉਹ ਨਿਕਲੇਗਾ ਤੁਸੀਂ ਬਹੁਤ ਸੁਹਿਰਦ ਲੋਕ ਬੈਠੇ ਹੋ ਦੁਨੀਆ ਭਰ ਦੇ ਵਿੱਚ ਜਿਹੜੇ ਨਾ ਸਿਰਫ ਪ੍ਰੋਗਰਾਮ ਨੂੰ ਦੇਖਦੇ ਹੋ ਬਰਕਿ ਉਹਦੀ ਚੀਰਫਾੜ ਵੀ ਬਾਅਦ ਦੇ ਵਿੱਚ ਜਿਹੜਾ ਜੀ ਉਹ ਕਰਦੇ ਹੋ ਇਹ ਇੱਕ ਬੜਾ ਜਿਹੜਾ ਪੋਜ਼ਿਟਿਵ ਪੱਖ ਹੈ ਭਾਈਚਾਰੇ ਦਾ ਸਿੱਖ ਕੌਮ ਦਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉਹ ਬੈਠੇ ਆ ਜੇ ਤਾਂ ਇਤੋਂ ਤੱਕ ਸੀਮਤ ਹੁੰਦਾ ਫਿਰ ਤਾਂ ਜੋ ਇਹਨਾਂ ਦੇ ਮਨ ਚ ਆਉਂਦਾ ਹੈ ਕਰੀ ਜਾਂਦੇ ਅੱਜ ਅਜਿਹੇ ਚੈਨਲ ਜਸ ਪੰਜਾਬੀ ਵਰਗੇ ਜਿਹੜੇ ਉਹ ਥਾਂ ਥਾਂ ਦੇ ਉੱਤੇ ਜਿਹੜਾ ਦੇਖੇ ਜਾਂਦੇ ਨੇ ਹਰ ਘਰ ਦੇ ਵਿੱਚ ਦੇਖੇ ਜਾਂਦੇ ਨੇ ਜਿੱਥੋਂ ਗੱਲ ਜਿਹੜੀ ਆ ਜੀ ਉਹ ਸਾਹਮਣੇ ਆ ਜਾਂਦੀ ਕਿ ਇਸ ਲਈ ਤਾਂ ਆ ਸੀ ਜਦੋਂ ਸਰਸਾ ਸਾਹਿਬ ਨੇ ਸਾਰਾ ਕੁਝ ਜਿਹੜਾ ਜੀ ਉਧੇੜ ਕੇ ਰੱਖਤਾ ਇਹ ਤੋਂ ਪਹਿਲਾਂ ਕਿ ਆਪਾਂ ਜਿਹੜੇ ਜੀ ਇਸ ਪਾਸੇ ਵੱਲ ਨੂੰ ਚਲੀਏ ਕਿ ਅੱਗੋਂ ਕੀ ਹੋਊਗਾ ਮੈਂ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਜਿਹੜਾ ਭਾਈਚਾਰਾ ਜੀ ਮੈਂ ਗੱਲ ਕੀਤੀ ਉਹ ਹਰ ਚੀਜ਼ ਦਾ ਨੋਟਿਸ ਲੈਂਦਾ ਅੱਜ ਸਰਕਾਰਾਂ ਵੀ ਇੱਥੇ ਤਰਹਿੰਦੀਆਂ ਨੇ ਵੀ ਜਿਹੜੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਉੱਥੇ ਜਿਹੜੇ ਬਾਹਰ ਬੈਠੇ ਲੋਕ ਆ ਜੀ ਉਹਨਾਂ ਨੇ ਇਹ ਇਸ਼ੂ ਉਠਾ ਲਿਆ ਤੇ ਫਿਰ ਜਿਹੜਾ ਕਿੱਧਰ ਨੂੰ ਜਾਊਗਾ ਉਹ ਇਹ ਸਭ ਕਾਸੇ ਦੇ ਵਿੱਚ ਕੋਈ ਰੋਲ ਨਿਭਾ ਸਕਦੇ ਆ ਬਿਲਕੁਲ ਪੰਨੂ ਸਾਹਿਬ ਤੁਹਾਡੇ ਸਾਹਮਣੇ ਇੱਕ ਮਿਸਾਲ ਹੈ 2017 ਦੀਆਂ ਜਿਹੜੀਆਂ ਇਲੈਕਸ਼ਨ ਉਹਦੇ ਵਿੱਚ ਜਿਹੜੇ 4 ਮੈਂਬਰ ਪਾਰਲੀਮੈਂਟ ਦੇ ਆਮ ਮੈਂਬਰ ਆਮ ਪਾਰਟੀ ਦੇ ਜਿੱਤੇ ਸੀ 14 'ਚ 14 ਦੇ 14 ਦੇ ਵਿੱਚ 14 ਦੇ ਵਿੱਚ ਜਿਹੜੇ 4 ਮੈਂਬਰ ਪਾਰਲੀਮੈਂਟ ਦੇ ਜਿੱਤੇ ਕੋਈ ਦੂਜੇ ਨਿੱਤੇ ਕੋਈ ਤੀਜੇ ਨੰਬਰ ਤੇ ਆ ਉਹਦਾ ਕਾਰਨ ਕੀ ਸੀ ਇੱਥੇ ਕੋਈ ਆਮ ਪਾਰਟੀ ਦਾ ਜਿਹੜਾ ਸੀ ਕੋਈ ਵਰਕਰ ਨਹੀਂ ਸੀ ਕੋਈ ਫਲੈਕਸ ਬੋਰਡ ਨਹੀਂ ਸੀ ਕੋਈ ਗੱਡੀਆਂ ਨਹੀਂ ਸੀ ਕੋਈ ਸ਼ਰਾਬ ਵੰਡਣ ਵਾਲਾ ਨਹੀਂ ਸੀ ਕੋਈ ਪੋਲਿੰਗ ਏਜੰਟ ਨਹੀਂ ਸੀ ਤੇ ਕੁਝ ਵੀ ਨਹੀਂ ਸੀ ਤੇ ਫਿਰ ਉਹ 4 ਮੈਂਬਰ ਕਿਵੇਂ ਜਿੱਤ ਗਏ ਪਾਰਲੀਮੈਂਟ ਦੇ ਦੂਜੇ ਤੇ ਤੀਜੇ ਨੰਬਰ ਤੇ ਕਿਵੇਂ ਆ ਗਏ ਉਹਦਾ ਕਾਰਨ ਇਹ ਸੀ ਕਿ ਜਿਹੜੇ ਸਾਡੇ ਵੀਰ ਸੋਹਿਰ ਜੇ ਬੈਠੇ ਬਿਸ਼ੱਕ ਉਹ ਦੇਸ਼ ਸਤਾ ਸਮੰਦਰਾ ਤੋਂ ਪਾਰ ਨੇ ਪਰ ਉਹ ਆਤਮਾ ਨਾਲ ਦੀ ਪੰਜਾਬ ਚ ਵੱਸਦੀ ਹੈ ਇੱਥੇ ਬੈਠੇ ਨੂੰ ਅਕਾਲ ਤਖਤ ਨਾਲ ਜੁੜੇ ਹੋਏ ਨੇ ਉਹ ਹਰਮੰਦਰ ਸਾਹਿਬ ਨਾਲ ਜੁੜੇ ਹੋਏ ਨੇ ਸਿੱਖ ਆਪਣੇ ਵੀਰਸੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਲੋਕਾਂ ਦੀ ਇੱਕ ਦੇਣ ਸੀ ਤੇ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਤੇ ਉਹਨਾਂ ਨੂੰ ਜਿਹੜਾ ਸੀ ਮਾਈਕ ਸਹਾਇਤਾ ਦੇ ਕੇ ਪਾਟਿੰਗ ਤੇ ਉਹ ਜਿਤਾਏ ਸੋ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਅੱਜ ਵੀ ਉਹ ਜੇ ਕਿਤੇ ਇਸ ਤਰ੍ਹਾਂ ਦੇ ਇਹ ਪ੍ਰੋਗਰਾਮ ਜਿਹੜੇ ਨੇ ਹੁਣ ਜੇ ਬਰਗਾੜੀ ਮੋਰਕਾ ਚੱਲ ਰਿਹਾ ਤੇ ਉਹ ਵੀ ਉਹਨਾਂ ਦੀ ਬਦੌਰ ਚੱਲ ਰਿਹਾ ਮੈਂ ਇਹ ਗੱਲ ਕਹਿਣ ਤੋਂ ਘਰੇ ਜ ਨਹੀਂ ਕਰਾਂਗਾ ਸੋ ਉਹ ਇਸ ਟਾਈਮ ਤੇ ਉਹ ਬੜੇ ਸੁਹਿਰਦੇ ਨੇ ਉਹ ਬਹੁਤ ਚੀਰਪਾੜ ਕਰ ਰਹੇ ਨੇ ਸਾਰੇ ਨੇ ਨੇੜੇੋਂ ਕੇ ਵੇਖ ਰਹੇ ਨੇ ਤੇ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ ਪੰਨੂ ਸਾਹਿਬ ਬਹੁਤ ਵੱਡਾ ਔਰ ਸੁਚੇਤ ਹੋਣਾ ਜਿਹੜਾ ਜੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਸੁਚੇਤ ਹੋਣ ਇਸ ਪ੍ਰਤੀ ਕਿ ਇਸ ਕਿਸਮ ਦਾ ਹਮਲਾ ਜਿਹੜਾ ਜੀ ਉਹ ਹੋ ਰਿਹਾ ਹੈ ਇਹ ਚਫੇਰੇ ਤੋਂ ਹਮਲਾ ਜਿਹੜਾ ਜੀ ਹੋ ਰਿਹਾ ਬਲਦੇਵ ਸਿੰਘ ਜੀ ਜਿਹੜੀ ਜਿਹੜਾ ਬਦਲਾਅ ਹੈ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੇਖੋ ਉਹਦੇ ਤੋਂ ਬੈਟਰ ਕੋਈ ਆਪਸ਼ਨ ਨਹੀਂ ਹੋ ਸਕਦੀ ਉਹ ਬਹੁਤ ਵਧੀਆ ਇੱਕ ਤਰੀਕਾ ਹੈ ਜਿਹੜਾ ਇਹ ਸਭ ਕਾਸੇ ਨੂੰ ਕੰਟਰੋਲ ਕਰਦਾ ਹਾਂ ਗਲਤ ਕੀ ਹੈ ਕਿ ਉੱਥੇ ਬੰਦੇ ਗਲਤ ਜਿਹੜਾ ਜੀ ਉਹ ਆ ਕੇ ਬੈਠੇ ਹੋਏ ਨੇ ਜਿਹੜਾ ਕਿ ਉਸ ਸਿਸਟਮ ਨੂੰ ਸਾਰਾ ਢਾਂਚੇ ਨੂੰ ਉਹਨਾਂ ਨੇ ਖਰਾਬ ਜਿਹੜਾ ਉਹ ਕਰਕੇ ਰੱਖ ਦਿੱਤਾ ਕੀ ਕੋਈ ਬਦਲਾਅ ਦੀ ਆਸ ਕਿਰਨ ਜਿਹੜੀ ਜੀ ਉਹ ਦਿਸਦੀ ਹੈ ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਲੱਖਾਂ ਦੀ ਗਿਣਤੀ ਦੇ ਵਿੱਚ ਬਰਗਾੜੀ ਚ ਇਕੱਠਾ ਹੋ ਜਾਣਾ ਉਹ ਤੁਸੀਂ ਪਿੱਛੇ ਚੱਲ ਜਓ ਜੱਬੇ ਦੇ ਵਿੱਚ ਐਡਾ ਇਕੱਠ ਜਿਹੜਾ ਜੀ ਹੋ ਜਾਣਾ ਫਿਰ 14 ਕੁਝ ਦਿਨ ਤੀ ਫਰਕ ਦੇ ਵਿੱਚ ਬਰਗਾੜੀ ਫੇਰ ਇਕੱਠ ਹੋ ਜਾਣਾ ਲੋਕ ਇੱਕ ਜਿਹੜੀ ਆ ਜੀ ਉਹ ਭਾਲ ਰਹੇ ਨੇ ਕੋਈ ਪ੍ਰੋਗਰਾਮ ਇੱਕ ਲੀਡਰਲੈਸ ਜਿਹੜੀ ਆ ਜੀ ਉਹ ਕੌਮ ਇਸ ਵੇਲੇ ਹੈ ਕੋਈ ਬਦਲਾਅ ਦੀ ਆਸ ਦੀ ਕਿਰਨ ਦਿਸਦੀ ਹੈ ਕਿ ਇਹ ਬਦਲ ਜੂਗਾ ਪੰਨੂ ਸਾਹਿਬ ਸਿਆਣੇ ਦੀ ਕਹਾਵਤ ਹੈ ਜੀਵੇ ਆਸਾ ਮਰੇ ਨਿਰਾਸਾ ਆਸ ਨਾਲ ਸਭ ਕੁਝ ਹੁੰਦਾ ਜੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਲਾਓਗੇ ਤੇ ਮੈਂ ਕਿੰਨੇ ਸਾਲਾਂ ਤੋਂ ਲੱਗਾ ਤੇ ਆਸ ਕਰਕੇ ਆ ਨਾ ਤੇ ਭਰੋਸਾ ਉਸ ਅਕਾਲ ਪੁਰਖ ਤੇ ਕਿ ਖਾਲਸਾ ਪੰਥ ਦੀ ਸਿਰਜਣਾ ਅਕਾਲ ਪੁਰਖ ਦੀ ਇਰਜ਼ਾ ਚ ਹੋਈ ਹੈ ਤੇ ਇਹ ਅੱਜ ਸਾਡੇ ਚ ਗਰਬਟਾਈ ਆ ਤੇ ਉਹਨੇ ਸਾਡੀ ਬੋੜੀ ਕਰਨੀ ਆ ਇਹ ਬਿਲਕੁਲ ਅੱਜ ਇਸ ਟਾਈਮ ਤੇ ਆਸ ਰੱਖੇ ਬਿਠਿਆ ਔਰ ਹਰ ਸਿੱਖ ਜਿਹੜਾ ਉਹ ਬੰਗਾੜੀ ਕਿਉਂ ਜਾ ਰਿਹਾ ਹੈ ਉਹ ਚੱਬੇ ਕਿਉਂ ਆਇਆ ਸੀ ਉਹ ਚੱਬੇ ਕਿਸੇ ਪਾਰਟੀ ਦੇ ਸੱਦੇ ਤੇ ਨਹੀਂ ਸੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਰੱਖਣ ਵਾਲੇ ਲੋਕਾਂ ਦਾ ਇਕੱਠ ਸੀ ਉਹਦੀ ਆਸਥਾ ਹੈ ਉਹਦੇ ਚ ਬਿਲਕੁਲ ਵਿਸ਼ਵਾਸ ਹੈ ਉਹ ਵੱਖਰੀ ਗੱਲ ਹੈ ਕਿ ਉਥੋਂ ਪ੍ਰੋਗਰਾਮ ਸਹੀ ਨਾ ਦੇ ਸਕਿਆ ਤੇ ਮੁੜ ਕੇ ਫਿਰ ਉਹਨਾਂ ਲੋਕਾਂ ਦੀ ਜੋ ਹਾਲਤ ਹੋਈ ਉਹ ਤੁਹਾਡੇ ਸਾਹਮਣੇ ਹੁਣ ਜਿਹੜਾ ਬਰਗਾੜੀ ਮੋਰਚਾ ਚੱਲ ਰਿਹਾ ਹੈ ਉਹ ਵੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤੇ ਬਿਲਕੁਲ ਉਹ ਚੱਲ ਰਿਹਾ ਉੱਥੇ ਅੱਜ ਭਾਈ ਧਿਆਨ ਸਿੰਘ ਮੰਡ ਜੋ ਬੈਠੇ ਨੇ ਦਿਲੜਾ ਨਾਲ ਦੇਣਾ ਮੈਂ ਉਹਨਾਂ ਤੇ ਇਹ ਗੱਲ ਕਹਾਂਗਾ ਕਿ ਗੁਰੂ ਉਹਨਾਂ ਨੂੰ ਕਿਰਪਾ કરી ਉਹਨਾਂ ਦਿੱਤੇ ਤੇ ਉਹਨਾਂ ਦਾ ਜਿਹੜਾ ਅੱਜ ਕੁਝ ਭਰੋਸਾ ਲੋਕਾਂ ਦਾ ਬਣਿਆ ਮੰਡ ਸਾਹ ਤੇ ਉਹ ਬੜਾਈ ਰੱਖੇ ਤੇ ਉਹ ਕੌਮ ਨੂੰ ਇਸ ਡੁੱਬਦੇ ਮਤਲਕਿ ਜੇੜੀ ਦੇ ਵਿੱਚੋਂ ਜਿਹੜੀ ਇਹ ਜੇੜੀ ਇਸ ਟਾਈਮ ਤੇ ਡੁੱਬੀ ਹੋਈ ਹੈ ਖਾਰੇ ਸਮੁੰਦਰ ਦੇ ਵਿੱਚ ਘिरी ਹੋਈ ਹੈ ਚਾਰ ਚਫੇਰਿਓ ਤੇ ਉਹਨੂੰ ਜਿਹੜਾ ਉਹ ਚੱਪੂ ਦੇ ਨਾਲ ਉਹ ਬਾਹਰ ਕੱਢ ਸਕਣ ਇਹ ਸਾਨੂੰ ਆਸ ਲੱਗਦੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਪੂਰੇ ਵਰਲਡ ਦੇ ਸਿੱਖਾਂ ਨੂੰ ਭਾਈ ਧਿਆਨ ਸਿੰਘ ਮੰਡ ਨੂੰ ਵੀ ਤੁਹਾਡੇ ਰਾਹੀਂ ਪੂਰੀ ਕੌਮ ਨੂੰ ਇੱਕ ਬੇਨਤੀ ਕਰਾਂਗਾ ਜਿਹੜੇ ਲੋਕ ਹੁਣ ਤੱਕ ਬਾਦਲ ਦੇ ਨਾਲ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਹੇ ਨੇ ਚਾਹ ਉਹਦੀ ਪਾਰਟੀ 'ਚ ਰਹੇ ਆਕਾਲੀ ਦਲ ਦੇ ਵਿੱਚ ਐਮ ਐਲ ਏ ਰਹੇ ਐਮ ਪੀ ਰਹੇ ਜਾਂ ਸ਼੍ਰੋਮਣੀ ਕਮੇਟੀ 'ਚ ਮੈਂਬਰ ਰਹੇ ਉਹ ਐਗਜ਼ੈਕਟਿਵ ਮੈਂਬਰ ਰਹੇ ਉਹ ਸਕੱਤਰ ਰਹੇ ਉਹ ਲੋਕ ਅੱਜ ਛਾਲਾ ਮਾਰ-ਮਾਰ ਕੇ ਤੇ ਬਾਦਲ ਨੂੰ ਛੱਡ ਰਹੇ ਨੇ ਉਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਤੇ ਉਹ ਨਾ ਹੋਵੇ ਕਿ ਅਸੀਂ ਇੱਕ ਦੇ ਚੋਂ ਕੱਢ ਕੇ ਚੰਨ ਫੇਰ ਲਈਏ ਇਹ ਸਾਨੂੰ ਸੋਚਣਾ ਪੈਗਾ ਤੇ ਵਿਚਾਰਨਾ ਪੈਗਾ ਕਈ ਵਾਰ ਅਸੀਂ ਇਹ ਸੋਚਦੇ ਹਾਂ ਵੀ ਆਹ ਬੰਦਾ ਚੰਗਾ ਜੀ ਇਹਨੇ ਆਵਾਜ਼ ਠਾਈ ਆ ਸੋ ਉਹਨਾਂ ਤੋਂ ਸਾਨੂੰ ਵਿਚਾਰ ਕਰਕੇ ਤੇ ਕੋਈ ਐਸੀ ਕਮੇਟੀ ਬਣਾਉਣੀ ਚਾਹੀਦੀ ਆ ਸਾਡੀ ਇੱਕ ਦਿਨ ਗੱਲ ਚੱਲ ਰਹੀ ਸੀ ਕਿ ਅਸੀਂ ਕੋਈ ਪੰਜ ਸੱਤ ਬੰਦੇ ਇਸ ਤਰ੍ਹਾਂ ਦੇ ਤਿਆਰ ਕਰੀਏ ਕਿ ਜਿਹੜੇ ਸਾਰਿਆਂ ਕੋਲ ਜਾਣ ਅੱਜ ਜੇਕਰ ਬਾਦਲ ਦਾ ਬਦਲ ਜੇ ਅਸੀਂ ਸਾਰਿਆਂ ਨੇ ਰਲ ਕੇ ਸਰੋਣੀ ਕਮੇਟੀ ਚ ਨਾ ਦਿੱਤਾ ਸਿੱਖ ਕੌਮ ਦੀ ਇੱਕੋ ਇੱਕ ਤਰਸਦੀ ਹੈ ਕਿ ਅੱਜ ਕੰਮ ਲੀਡਰレス ਹੈ ਇਹਨੂੰ ਪੈਰਾਸਰ ਖੜਿਆ ਕਰਨ ਵਾਸਤੇ ਸਾਨੂੰ ਲੀਡਰ ਦੀ ਜਰੂਰਤ ਹੈ ਔਰ ਉਹ ਜਿਹੜਾ ਲੀਡਰ ਹੈ ਅੱਜ ਹਣਾ ਹਣਾ ਸਾਡਾ ਪ੍ਰਧਾਨ ਹੈ ਜਿੰਨੇ ਵੀ ਨੇ ਉਹ ਸਾਰੇ ਆਪੋ ਆਪਣੀਆਂ ਪ੍ਰਧਾਨੀਆਂ ਲੈ ਕੇ ਚੱਲ ਰਹੇ ਨੇ ਆਪਣੀ ਹੌਮੇ ਛੱਡਣ ਨੂੰ ਕੋਈ ਤਿਆਰ ਨਹੀਂ ਹੈਗਾ ਜਿੰਨਾ ਚਿਰ ਅਸੀਂ ਆਪਣੀ ਹੌਮੇ ਛੱਡ ਕੇ ਤੇ ਸਾਰਿਆਂ ਨੇ ਇੱਕ ਢੰਡੇ ਥੱਲੇ ਇਕੱਠੇ ਦੇਸ਼ਕ ਦੀਆਂ ਪਾਰਟੀਆਂ ਵੀ ਵੱਖਰੀਆਂ ਵੱਖਰੀਆਂ ਰੱਖ ਲੈਣ ਪਰ ਇੱਕ ਨਿਸ਼ਾਨਾ ਹੋਵੇ ਪੀ ਅਸੀਂ ਸ਼੍ਰੋਮਣੀ ਕਮੇਟੀ ਜਿਹੜੀ ਇਹ ਜਿੱਤੇ ਕਾਬਜ ਬਾਦਰ ਕਾਬਜ ਹੈ ਉਹਦਾ ਕਬਜ਼ਾ ਹਟਾ ਕੇ ਤੇ ਕਬਜ਼ਾ ਨਹੀਂ ਕਰਨਾ ਹਾਂ ਸੇਵਾ ਭਾਵ ਸਾਂਝੀਆਂ ਤੇ ਹਾਂ ਜਿਹੜੇ ਗੁਰੂ ਕੀ ਗੋਲਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਰਾਖੀ ਕਰ ਸਕਣ ਰਾਖੀ ਕਰ ਸਕਣ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ ਤੁਹਾਨੂੰ ਸਾਹਿਬ ਜੇ ਕਿਤੇ ਗੁਰੂ ਕੀ ਗੋਲਕ ਦੇ ਨਾਲ ਪੰਜਾਬ ਦਾ ਜਨਮਿਆ ਹੋਇਆ ਬੱਚਾ ਸਿੱਖਾਂ ਦੀ ਗਲਤਤਾ ਛੱਡੋ ਭਾਵੇਂ ਕਿਸੇ ਵੀ ਧਰਮ ਦਾ ਉਹਨੂੰ ਜੇ ਕਿਤੇ ਮੁੰਡਲੀ ਤੋਂ 체ਰੀ ਵਿਦਿਆ ਮੁਫਤ ਦੇ ਦਨ ਹੂੰ ਤੇ ਤੁਹਾਨੂੰ ਸਿੱਖੀ ਦਾ ਪ੍ਰਚਾਰ ਕਰਨ ਦੀ ਜਰੂਰਤ ਨਹੀਂ ਪੈਗੀ ਤੁਹਾਡਾ ਕੋਈ ਦੁਸ਼ਮਣ ਹੀ ਰਵੇਗਾ ਪੰਜਾਬ ਚ ਕੁਝ ਟਾਵੇਂ-ਟਾਵੇਂ ਹੁੰਦੇ ਨੇ ਸਾਰੇ ਨਹੀਂ ਹੋ ਸਕਦੇ ਪਰ ਫਿਰ ਤੁਹਾਨੂੰ ਇਹ ਲੱਗੇਗਾ ਸੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਇੱਕ ਅਪੀਲ ਉਹਨਾਂ ਦੇ ਵਾਸਤੇ ਵੀ ਤੁਹਾਡੇ ਤੋਂ ਜੜੀ ਕਰਾਉਣੀ ਜਿਹੜੇ ਬਹੁਤ ਸਾਰੇ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਇੱਕ ਸੈਕਿੰਡ ਮੈਂ ਬਾਰ-ਬਾਰ ਜਿਹੜੀ ਉਹ ਕਾਲ ਆ ਰਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਵੇਖਦਾ ਵੀ ਜਿਸ ਤਰ੍ਹਾਂ ਉਹ ਸ਼੍ਰੋਣੀ ਕਮੇਟੀ ਦਾ ਇੰਨਾ ਵੱਡਾ ਬਜਟ ਹੈ ਆ ਵੀ ਦੁਨੀਆ 'ਚ ਕੋਈ ਐਸਾ ਵੱਡਾ ਬਜਟ ਇਹ ਨਹੀਂ ਜਿਹੜੇ ਚ ਇੰਨੀ ਛੋਟੀ ਬਹਿਸ ਤੋਂ ਬਗੈਰ ਹੀ ਉਪਾਸ ਤੋਂ ਹੱਥਾਂ ਘੜ ਕਰ ਜਾਂਦੇ ਆ ਬਿਲਕੁਲ ਕਦੀ 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 ਇੰਨੀ ਵੀ ਕਦੀ ਵੇਖੀ ਆ ਵੀ ਨਹੀਂ ਤੇ ਇੰਨਾ ਵੱਡਾ ਬਜਟ ਹੋਵੇ ਤੇ ਬਗੈਰ ਕਿਸੇ ਬਹਿਸ ਤੋਂ ਬਗੈਰ ਕੋਈ ਤੇ ਪਹਿਲਾਂ ਗੋਜ਼ਦਾ ਗਜ਼ਰ ਕਰਦੀ ਹੁੰਦੀ ਸੀ ਜਦੋਂ ਪਤਾ ਲੱਗਦਾ ਸੀ ਕਿਨੇ ਕੀ ਕੀ ਕਰ ਹੋਰ ਕੋਈ ਨਹੀਂ ਪਤਾ ਨਹੀਂ ਲੱਗਣ ਰਿਹਾ ਹਾਂ ਜਿਵੇਂ ਗੁਰੂ ਮਹਾਰਾਜ ਜਿੱਤਰਾ ਬਲਦੇਵ ਸਿੰਘ ਨੇ ਸਰਸਾਡੇ ਕਰੰਟ ਹੈ ਇਸ ਤਰੀਕੇ ਨਾਲ ਗੁਰੂ ਮਾਰ ਕਿਰਪਾ ਕਰੇ ਛੱਡਦੀ ਖਲਾ ਹੋਵੇ ਤੇ ਸ਼ਾਇਦ ਕੋਈ ਬਣ ਜਾਵੇ ਆ ਦੇਖਦੇ ਹਾਂ ਜੀ ਮੈਂ ਇਹਦੇ ਬਾਰੇ ਵੀ ਪੁੱਛਦਾ ਕਿਵੇਂ ਜਿਹੜਾ ਜੀ ਉਹ ਪਾਸ ਹੁੰਦੇ ਆ ਉਹ ਦੱਸਦੇ ਆ ਇੱਕ ਤੁਸੀਂ ਦੱਸ ਰਹੇ ਸੀਗੇ ਆਪਣੇ ਬਲਦੇਵ ਸਿੰਘ ਦੀ ਜਿਹੜਾ ਉਹ 300 ਕਰੋੜ ਵਾਲਾ ਜਾਂਦੇ ਜਾਂਦੇ ਕੁਝ ਕੋ ਮਿੰਟ ਰਹਿ ਗਏ ਉਹ ਕੀ ਸੀਗਾ ਕਿਵੇਂ ਉਹ ਪਾਸ ਹੋਇਆ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਸਹਿਧਾਰੀਆਂ ਨੇ ਇੱਕ ਕੇਸ ਕੀਤਾ ਸੀ ਆਪਣੇ ਵੋਟ ਦੇ ਅਧਿਕਾਰ ਬਾਰੇ ਜੀ ਉਹ ਉਹਨਾਂ ਦੇ ਹੱਕ ਚ ਹੋ ਗਿਆ ਹਾਈ ਕੋਰਟ ਚ ਉਹਦੀ ਅਪੀਲ ਕੀਤੀ ਸੁਪਰੀਮ ਕੋਰਟ ਦੇ ਚ ਸੋਮੇ ਕਮੇਟੀ ਨੇ ਇਹਨਾਂ ਨੂੰ ਜਿਹੜਾ ਸੀ ਨਾ ਉਥੋਂ ਜ਼ਿਆਦਾ ਲੰਮਾ ਨਾ ਜਾਈਏ ਆਪਾਂ ਵੀ ਇਹਨਾਂ ਨੂੰ ਕੰਮ ਰੂਟੀਨ ਦੇ ਕੰਮ ਕਰਨ ਦੀ ਇਹਨਾਂ ਨੂੰ ਜਿਹੜੀ ਸੀ ਉਹ ਪੁਰਾਣੀ ਐਜੈਕਟਿਵ ਨੂੰ ਜਿਹੜੇ ਸੀ ਅਧਾਰ ਮਿਲ ਗਏ ਹਾਂਜੀ ਹਾਂ 16 ਜਦੋਂ ਕਿ ਉਹ ਸਤੰਬਰ 15 ਦੇ ਵਿੱਚ ਆ ਕੇ ਤੇ ਉਹ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਰੱਦ ਕਰਤਾ ਤੇ ਜਿਹੜੀ ਇਹ ਪੁਰਾਣੀ ਐਜੈਕਟਿਵ ਜਿਨ੍ਹਾਂ ਨੂੰ ਅਧਿਕਾਰ ਮਿਲੇ ਸੀ ਉਹ ਵੀ ਨਾਲ ਹੀ ਖਤਮ ਹੋ ਗਏ ਖਤਮ ਹੋ ਗਏ ਹਾਂ ਪਰ ਇਹਨਾਂ ਨੇ 29 9 16 ਨੂੰ ਅਵਤਾਰ ਸਿੰਘ ਮੱਕੜ ਨੇ ਇੱਕ ਲਾਸਟ ਮੀਟਿੰਗ ਕੀਤੀ ਐਜੈਕਟਿਵ ਦੀ ਜੀ ਉਹਦੇ ਵਿੱਚ ਜਿਹੜਾ ਇਹਨਾਂ ਨੇ ਮੱਧਾ ਪਾਸ ਕੀਤੀਆਂ ਉਹਦੇ ਵਿੱਚ ਰੁਟੀਨ ਦੇ ਖਰਚਿਆਂ ਨੂੰ ਕੱਢ ਕੇ ਹਾਂ ਇੰਨੇ 100 ਕਰੋੜ ਦਾ ਸਕੈਂਡਲ ਕੀਤਾ ਕੱਢਿਆ ਮੈਂ ਉਹਦੇ ਵਿੱਚੋਂ ਜੀ ਉਹ ਮੈਂ ਸਾਰੀ ਕਾਰਵਾਈ ਜਦੋਂ ਕਾਪੀ ਮੰਗਾਈ ਉਹਦੇ ਵਿੱਚ ਜਿਹੜੇ ਰੁਟੀਨ ਦੇ ਖਰਚੇ ਸੀ ਉਹਨੂੰ ਮੈਂ ਛੱਡਤਾ ਹਾਂ ਤਰਖਾ ਮਾਤਰ ਨੂੰ ਮੈਂ ਸਭ ਛੱਡ ਕੇ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਸ ਨੂੰ ਸੁਜਨਪੁਰ ਸ਼ਹਿਰ ਦੇ ਵਿੱਚ ਇੱਕ ਜ਼ਮੀਨ ਹੈ 11 ਏਕੜ ਸ਼ਰਮੀ ਕਮੇਟੀ ਦੀ ਉਹਨੂੰ ਵੇਚਣ ਵਾਸਤੇ ਮਤਾਂ ਉਹਨਾਂ ਪੈਸੇ ਨਾਲ ਕੇ ਖਰੀਦਣ ਵਾਸਤੇ ਇਸ ਤਰ੍ਹਾਂ ਬਹੁਤ ਸਾਰੇ ਮਤੇ ਜਿਹੜੇ ਮੈਂ ਉਹ ਸਾਰੇ ਕੱਢੇ ਮੱਦਾ ਕਢੀਆਂ ਉਹਦੇ ਵਿੱਚ 300 ਕਰੋੜ ਦਾ ਸਕੈਂਡਲ ਸੀ ਔਰ ਤੁਸੀਂ ਇਹਨੂੰ ਹਾਈ ਕੋਰਟ ਚ ਲੈ ਕੇ ਗਏ ਹਾਈ ਕੋਰਟ ਚ ਮੈਂ ਲੈ ਗਿਆ ਹਾਈ ਕੋਰਟ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਗੁਰਦੁਆਰਾ ਜੁਡੀਸ਼ੀਅਨ ਕੋਰਟ ਜਾਓ ਤੇ ਫਿਰ ਜਾਓ ਹੁਣ ਤੁਸੀਂ ਉੱਥੇ ਗਏ ਹੋ ਉੱਥੇ ਮੈਂ ਜੇ ਮੇਰਾ ਕੇਸ ਪੈਂਡ ਹੈ ਕਿਉਂਕਿ ਮੇਰੀਆਂ ਜੇ ਫੀਸਾਂ ਪਹਿਲੀਆਂ ਦੇਣ ਵਾਲੀਆਂ ਨੇ ਹਾਈ ਕੋਰਟ ਚ ਵੀ ਪੈਂਡਿੰਗ ਪਈਆਂ ਨੇ ਉਹਨਾਂ ਕੋ ਫੀਸ ਦਾ ਕੋ ਅਰੇਂਜਮੈਂਟ ਹੋਊਗਾ ਕੁਝ ਜ਼ਮੀਨ ਕੋ ਅੱਗੇ ਹੁਣ ਪਿਛਲਾ ਠੇਕਾ ਦੇ ਖਾ ਖੂ ਚੁੱਕਾ ਹੈ ਜ਼ਮੀਨ ਵੀ ਅਸ ਟਾਈਮ ਤੇ ਨਹੀਂ ਵਕ ਵਕ ਰਹੀ ਸੋ ਮੈਂ ਪੈਸਾ ਦਾ ਅਰੇਂਜਮੈਂਟ ਕਰੂੰਗਾ ਤੇ ਫੇਰ ਹੀ ਜਿਹੜਾ ਅੱਗੇ ਹੋਏਗਾ ਨਾ ਨਹੀਂ ਤੁਹਾਡੇ ਪਿੱਛੇ ਬਹੁਤ ਸਾਰੇ ਲੋਕ ਜਿਹੜੇ ਇਹ ਦੀ ਉਹ ਖੜੇ ਆ ਬਲਦੇਵ ਸਿੰਘ ਜੀ ਤੁਸੀਂ ਇਹ ਕੋ ਲੜਾਈ ਆਪਣੇ ਵਾਸਤੇ ਤਾਂ ਲੜ ਨਹੀਂ ਰਹੇ ਇਹ ਲੜਾਈ ਜਿਹੜੀ ਆ ਦੀ ਉਹ ਕੌਮ ਦੀ ਹੈ ਭਾਈਚਾਰੇ ਦੀ ਆ ਇਹ ਇੱਕ ਅਜਿਹੀ ਲੜਾਈ ਆ ਜਿਹੜਾ ਤੁਹਾਡੇ ਵਰਗੇ ਲੋਕ ਹੀ ਜਿਹੜੇ ਉਹ ਲੜ ਸਕਦੇ ਆ ਬਹੁਤ ਸਾਰੇ ਲੋਕ ਜਿਹੜੇ ਬੈਠੇ ਆ ਜਿਹੜੇ ਕਿਸੇ ਨਾ ਕਿਸੇ ਪਾਸੇ ਤੋਂ ਜਿਹੜਾ ਦੀ ਉਹ ਆ ਜਾਣਗੇ ਕੋਈ ਕਿਹੋ ਜੀ ਤੁਹਾਡੇ ਤੱਕ ਅਪਰੋਚ ਕਿੱਥੇ ਕਰਨ ਦੀ ਕਿਹੜੇ ਤਰੀਕੇ ਨਾਲ ਉਹ ਪਹੁੰਚਣ ਬਲਦੇਵ ਸਿੰਘ ਸਰਸਾ ਨਾਲ ਕੋਈ ਵੀ ਕਰ ਸਕਦਾ ਮੇਰਾ ਨੰਬਰ ਜਿਹੜਾ ਹੈ 758900547 ਦੁਬਾਰਾ ਫੇਰ ਦੱਸਾਂ ਜੀ 75890 00547 ਮੇਰਾ ਮੋਬਾਈਲ ਫੋਨ ਨੰਬਰ ਹੈ ਕੋਈ ਵੀ ਬੰਦਾ ਜਿਹੜਾ ਮੇਰੇ ਨਾਲ ਜਦੋਂ ਮਰਜੀ ਆ ਮੇਰਾ 24 ਘੰਟੇ ਟੈਲੀਫੋਨ ਖੁੱਲਾ ਹੁੰਦਾ ਤੁਸੀਂ ਰਾਤ ਨੂੰ ਮੈਨੂੰ 2 ਵਜੇ ਕਰੋ ਮੇਰਾ 2 ਵਜੇ ਟੈਲੀਫੋਨ ਇੱਕ ਜਿਹੜੀ ਗੱਲ ਨਾਲ ਜੀ ਮੈਂ ਇੱਕ ਨਾਸ ਜਿਹੜੀ ਜੋ ਆਪਾਂ ਕਾਲ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈ ਗੁਰਜੀ ਦਾ ਕਾਲ ਆ ਰਿਹਾ ਕੋਈ ਕੋਈ ਤੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਰੱਖਣਾ ਜੀ ਥੋੜਾ ਹਾਂ ਜੀ ਆ ਮੈਂ ਕੇਵਲ ਸਿੰਘ ਬੋਲ ਰਿਹਾ ਮੈਂ ਸਰਸਾ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਇਹਨਾਂ ਨੇ ਇੱਕ ਤਾਂ ਫੋਨ ਨਹੀਂ ਕੱਢੀ ਮੈਂ ਇਹਨਾਂ ਦੇ YouTube ਦੇ ਪਹਿਲਾਂ ਫੜ ਚੁੱਕਾ ਸਾਰੇ ਕਿਤਾਬਾਂ ਰਿਮਾਰਕ ਕਰਕੇ ਰੱਖੀਆਂ ਹੋਈਆਂ ਨੇ ਜੀ 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 ਬਹੁਤ ਮਿਹਰਬਾਨੀ ਜੀ ਮੌਕਾ ਮਿਲਿਆ ਤਾਂ ਇਹਨਾਂ ਨੇ ਸੌਦੇ ਕੁਝਾਰ ਖਿੱਚਿਆ ਸਾਰਿਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਸਾਰਾ ਕੰਮ ਕਰਕੇ ਰੱਖਿਆ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਅਵਲਦੇਸ ਸਿੰਘ ਜੀ ਗੱਲਬਾਤ ਬੜੀ ਕਰਨ ਦਾ ਜਿਹੜਾ ਦੀ ਉਹ ਮੌਕਾ ਮਿਲਦਾ ਪਰ ਜਿਸ ਕਿਸਮ ਦੇ ਨਾਲ ਹਰ ਚੀਜ਼ ਤੁਸੀਂ ਪੇਪਰ ਦੇ ਉੱਤੇ ਜਿਹੜੀ ਦੀ ਉਹ ਗੱਲ ਕਰ ਰਹੇ ਹੋ ਤੱਥਾਂ ਦੇ ਉੱਤੇ ਜਿਹੜੀ ਦੀ ਉਹ ਗੱਲ ਕੀਤੀ ਆ ਔਰ ਜਿੰਨੀ ਦੇਰ ਤੱਕ ਮੈਂ ਇਹੀ ਕਹੂੰਗਾ ਦੀ ਬਿਲਕੁਲ ਜੀ ਸਭ ਕੁਝ ਮੈਂ ਦੇਖਿਆ ਜੀ ਮੈਂ ਪਹਿਲਾਂ ਵੀ ਦੇਖਿਆ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਤੁਹਾਡੇ ਵਰਗੇ ਲੋਕ ਜਿੰਨੀ ਦੇਰ ਤੱਕ ਜ ਕਿਉਂਕਿ ਗੱਲ ਇਹ ਆ ਦੀ ਕਿ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਤੁਸੀਂ ਉਹਨੂੰ ਮੰਨਦੇ ਹੋ ਜਾਂ ਉਹਦੀ ਮੰਨਦੇ ਹੋ ਜਿੰਨੀ ਦੇਰ ਤੱਕ ਉਹਦੀ ਮੰਨਣ ਵਾਲੇ ਤੁਹਾਡੇ ਵਰਗੇ ਲੋਕ ਬੈਠੇ ਆ ਉਨੀ ਦੇਰ ਤੱਕ ਅਜਿਹੇ ਜਿਹੜੇ ਹਮਲੇ ਹੋ ਰਿਹਾ ਉਹਨਾਂ ਨੂੰ ਰੋਕਣ ਦੇ ਵਾਸਤੇ ਤੁਸੀਂ ਲੋਕ ਇਕੱਠਾ ਲਓ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਵਿਸਥਾਰ ਦੇ ਸਹਿਤ ਸਾਰਾ ਕੁਝ ਦੱਸਿਆ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਮਿਹਰਬਾਨੀ ਵੈਕਾਲ ਸਾਹਿਬ ਵੈਕਾਲ ਸਾਹਿਬ ਹਰੀਫਤ ਬਲਦੇਵ ਸਿੰਘ ਸਰਸਾ ਜੀ ਇਹ ਸਾ ਜੀ ਸੋ ਜਿੰਨੀ ਦੇਰ ਤੱਕ ਅਜਿਹੇ ਲੋਕ ਜਿਹੜੇ ਦੀ ਸੁਚੇਤ ਬੈਠੇ ਆ ਪਰ ਸੁਚੇਤ ਅੱਜ ਹਰੇਕ ਨੂੰ ਜਿਹੜਾ ਦੀ ਉਹ ਹੋਣਾ ਪਊਗਾ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੱਕ ਸੀਮਿਤ ਨਹੀਂ ਆ ਕਿ ਉਹ ਸੁਚੇਤ ਹੈਗੇ ਆ ਜਾਂ ਨਹੀਂ ਜੇ ਹਰ ਬੰਦਾ ਜਿਹੜਾ ਜੀ ਉਹ ਪੜੇ ਔਰ ਖਾਸ ਤੌਰ ਦੇਤੇ ਨੇੜੇ ਤੋਂ ਨਿਗਾ ਜੜੀ ਦੀ ਉਹ ਰੱਖੇ ਦੋ ਅੱਖਾਂ ਤੋਂ ਦੋ ਕੰਨਾਂ ਦਾ ਕੰਮ ਵੀ ਲਵੇ ਔਰ ਦੋ ਆ ਕੰਨਾਂ ਤੋਂ ਦੋ ਅੱਖਾਂ ਦਾ ਕੰਮ ਵੀ ਲਵੇ ਚਾਰ-ਚਾਰ ਹੋਣਗੇ ਤੇ ਤਾਂ ਕੁਝ ਜਿਹੜੀ ਆ ਜੀ ਇਹ ਗੱਲ ਹੋ ਸਕਣੀ ਆ ਉਮੀਦ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ حاصل ਕੀਤੀ ਜਾਣਕਾਰੀ ਤੁਹਾਡੇ ਵਾਸਤੇ ਲਾਹੇਵੰਦ ਹੋਊਗੀ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇੱਕ ਵਾਰੀ ਫਿਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਬਹੁਤ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ